ਸਤਿਕਾਰਯੋਗ ਐਂਗਲ ਚੇਂਜ ਕਰ ਲਓ ਵਿਦਵਾਨ ਦੋਸਤੋ ਅਤੇ ਇਸ ਹਾਲ ਦੇ ਵਿੱਚ ਜੁੜੇ ਹੋਏ ਸਾਥੀਓ, ਬੜਾ ਅਜੀਬ ਲੱਗ ਰਿਹਾ ਹੈ ਕਿ ਜਿਹੜਾ ਮਾਈਕ ਹੁੰਦਾ ਨਾ, ਇਹ ਦੋ ਕੰਮਾਂ ਵਾਸਤੇ ਵਰਤਿਆ ਜਾਂਦਾ, ਜਾਂ ਕਿਸੇ ਦੀ ਹਾਏ ਹਾਏ ਕਰਨ ਵਾਸਤੇ ਤੇ ਜਾਂ ਕਿਸੇ ਦੀ ਪ੍ਰਸ਼ੰਸਾ ਕਰਨ ਵਾਸਤੇ। ਇਹਦੇ ਨਾਲ ਸੱਚ ਨਹੀਂ ਬੋਲਿਆ ਜਾਂਦਾ ਕਿਧਰੇ ਵੀ, ਇਹ ਇਸ ਦੀ ਫਿਤਰਤ ਹੈ। ਮੈਂ ਅੱਜ ਤੁਹਾਡੇ ਨਾਲ ਕੁਝ ਆਪਣੀ ਰਾਈਟਿੰਗਸ ਦੇ ਪਿਛੋਕੜ ਦੀਆਂ ਗੱਲਾਂ ਕਰਾਂਗਾ, ਕੀ ਵਾਪਰਿਆ ਜ਼ਿੰਦਗੀ ਦੇ ਵਿੱਚ, ਜਿਹਨਾਂ ਕਾਰਨਾਂ ਕਰਕੇ ਮੈਨੂੰ ਲਿਖਣ ਦਾ ਮੌਕਾ ਮਿਲਿਆ ਅਤੇ ਆਪਣੇ ਐਕਸਪੀਰੀਅੰਸ ਜਿਹੜੇ ਸਨ ਉਹ ਸਾਂਝੇ ਕਰਨ ਦੀ ਲੋੜ ਪਈ। ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਾ ਕੁਝ ਟਰਨਿੰਗ ਪੁਆਇੰਟਸ ਆਉਂਦੇ ਹਨ, ਉਹ ਟਰਨਿੰਗ ਪੁਆਇੰਟ ਜਿਹੜਾ ਹੈ ਉਹ ਕੋਈ ਘਟਨਾ ਹੋ ਸਕਦੀ ਹੈ, ਤੁਹਾਡਾ ਪਰਿਵਾਰ ਹੋ ਸਕਦਾ ਹੈ, ਕੋਈ ਟ੍ਰੈਜਡੀ ਹੋ ਸਕਦੀ ਹੈ, ਕਿਸੇ ਦਾ ਆਉਣਾ ਹੋ ਸਕਦਾ ਹੈ, ਕਿਸੇ ਦਾ ਮਿਲਣਾ ਹੋ ਸਕਦਾ ਹੈ, ਕਿਸੇ ਨਾਲ ਪਿਆਰ ਪੈ ਸਕਦਾ ਹੈ, ਕਿਸੇ ਕੋਰਸ ਦੇ ਵਿੱਚ ਦਾਖਲਾ ਮਿਲ ਸਕਦਾ ਹੈ। ਸੋ ਉਹ ਟਰਨਿੰਗ ਪੁਆਇੰਟਸ ਜਿਹੜੇ ਹਨ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੇ ਹਨ, ਪਰ ਬਹੁਤੇ ਨਹੀਂ ਹੁੰਦੇ। ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਅਧਿਆਪਕ ਹੁੰਦਾ ਜਿਹੜਾ ਉਸਦੇ ਦ੍ਰਿਸ਼ਟੀਕੋਣ ਨੂੰ ਬਦਲ ਦਿੰਦਾ। ਹਰ ਅਰਜਨ ਦੀ ਜ਼ਿੰਦਗੀ ਵਿੱਚ ਇੱਕ ਕ੍ਰਿਸ਼ਨ ਆਉਂਦਾ, ਬਹੁਤੇ ਨਹੀਂ ਆਉਂਦੇ। ਉਹ ਕ੍ਰਿਸ਼ਨ ਜਿਹੜਾ ਹੈ ਉਸ ਅਰਜਨ ਦੇ ਕਹਿਣ ਉੱਤੇ, ਅਰਜਨ ਦੀ ਕਿਸੇ ਹਰਕਤ ਉੱਤੇ, ਅਰਜਨ ਦੇ ਕਿਸੇ ਵਿਹਾਰ ਉੱਤੇ ਗੀਤਾ ਲਿਖ ਦਿੰਦਾ। ਮੈਂ ਲਾਈਨਾਂ ਲਿਖੀਆਂ ਸੀ ਕਿਸੇ ਵੇਲੇ, ਮੇਰੀ ਕਿਤਾਬ ਹੈ ਡੂੰਘੀਆਂ ਸਿਖਰਾਂ, ਉਸਦੇ ਟਾਈਟਲ 'ਤੇ ਪਬਲਿਸ਼ਰ ਨੇ ਕਿਹਾ ਕਿ ਕੁਝ ਸ਼ਬਦ ਲਿਖ ਦਿਓ, ਉੱਥੇ ਫਿਰ ਮੈਂ ਲਿਖੇ ਸੀ। ਉਸੇ ਵੇਲੇ ਸੁੱਝ ਗਏ ਸੀ ਕਿ ਕਲਿੰਗਾ ਦੇ ਵਿੱਚ ਜਦੋਂ ਅਸ਼ੋਕ ਨੂੰ ਗਿਆਨ ਹੋ ਗਿਆ ਤਾਂ ਉਸਨੇ ਚੁੱਕੇ ਹੋਏ ਹਥਿਆਰ ਸੁੱਟ ਦਿੱਤੇ ਸੀ, ਅਤੇ ਮਹਾਂਭਾਰਤ ਵਿੱਚ ਕੁਰਕਸ਼ੇਤਰ ਵਿੱਚ ਜਦੋਂ ਅਰਜਨ ਨੂੰ ਗਿਆਨ ਹੋ ਗਿਆ ਤਾਂ ਉਸਨੇ ਸੁੱਟੇ ਹੋਏ ਹਥਿਆਰ ਚੁੱਕ ਲਏ ਸਨ। ਮਤਲਬ ਕਹਿਣ ਦਾ ਇਹ ਹੈ ਕਿ ਗਿਆਨ ਹੈ ਜਿਹੜਾ ਉਹ ਕਾਇਆ ਕਲਪ ਕਰਦਾ, ਉਹ ਤੁਹਾਡੀ ਕਿਸਮ ਬਦਲ ਦਿੰਦਾ। ਸੋ ਮੈਂ ਕੁਝ ਘਟਨਾਵਾਂ ਆਪਣੇ ਜੀਵਨ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਕੀ ਵਾਪਰਿਆ, ਕਿਵੇਂ ਵਾਪਰਿਆ। ਪਾਕਿਸਤਾਨ ਤੋਂ ਆਏ ਸੀ, ਉੱਜੜੇ ਹੋਏ ਸੀ, ਅਤੇ ਉਸ ਵੇਲੇ ਮੈਂ ਬਹੁਤ ਛੋਟਾ ਸੀ, ਪਰੰਤੂ ਲੋਕ ਟੁਰੀ ਜਾਂਦੇ ਸੀ ਤੇ ਮੈਨੂੰ ਸਮਝ ਨਹੀਂ ਸੀ ਆਉਂਦਾ ਇਹਨਾਂ ਨੇ ਜਾਣਾ ਕਿੱਥੇ ਹੈ। ਸੋ ਉਹ ਇੱਕ ਦ੍ਰਿਸ਼ ਸੀ ਜਿਹੜਾ ਮੈਨੂੰ ਉਹ ਤੋਂ ਬਾਅਦ ਮਾਪਿਆਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਜਾਂ ਹੋਰਾਂ ਤੋਂ ਪਤਾ ਲੱਗਿਆ। ਸ਼ਰਨਾਰਥੀ ਕੈਂਪਾਂ ਦੇ ਵਿੱਚੋਂ ਹੁੰਦੇ ਹੁੰਦੇ ਅਸੀਂ ਪਟਿਆਲੇ ਪਹੁੰਚ ਗਏ। ਤਿੰਨ ਭੈਣ ਭਰਾ ਉੱਧਰੋਂ ਆਏ, ਮੈਂ ਤੋਂ 2.5 ਸਾਲਾਂ ਦਾ ਵੀ ਸਾਂ। ਇੱਕ ਭੈਣ ਇੱਧਰ ਜਨਮੀ, ਉਹ ਬਿਮਾਰ ਪੈ ਗਈ ਅਤੇ ਬਿਮਾਰ ਪੈਣ ਕਰਕੇ ਉਸਨੂੰ ਇੱਕ ਡਾਕਟਰ ਦੇ ਕੋਲ ਲੈ ਕੇ ਗਏ। ਉਸ ਡਾਕਟਰ ਨੇ ਉਸ ਵੇਲੇ 28 ਰੁਪਏ ਦਾ ਬਿੱਲ ਬਣਾ ਦਿੱਤਾ, ਜਦੋਂ ਕਿ 28 ਰੁਪਏ ਬੜੀ ਵੱਡੀ ਰਕਮ ਸੀ। ਅਤੇ ਮੈਂ ਨਾਲ ਸੀ ਆਪਣੀ ਮਦਰ ਦੇ, ਅਤੇ ਉਸਨੇ ਮੇਰੀ ਮਦਰ ਨੇ ਕਿਹਾ ਕਿ ਇਸ ਵੇਲੇ ਤਾਂ ਪੈਸੇ ਨਹੀਂ ਹੈ, ਅਸੀਂ ਹੌਲੀ ਹੌਲੀ ਦੇ ਦੇਵਾਂਗੇ। ਅਤੇ ਉਸਨੇ ਮੈਨੂੰ ਦੇਖ ਕੇ ਕਿਹਾ ਕਿ ਇਸ ਨੂੰ ਭੇਜ ਦਿਆ ਕਰੋ, ਇਹ ਦੁਕਾਨ ਦੀ ਸਫਾਈ ਕਰ ਦਿਆ ਕਰੇ। ਮੈਂ ਸਫਾਈ ਕਰਦਾ ਸੀ ਉਸ ਦੁਕਾਨ 'ਤੇ ਸਵੇਰੇ, ਅਤੇ ਉਸ ਤੋਂ ਬਾਅਦ ਮੈਂ ਸਕੂਲ ਜਾਂਦਾ ਹੁੰਦਾ ਸੀ। ਮੈਂ ਉੱਥੇ ਸਫਾਈ ਕਰਨ ਦੇ ਕੰਮ ਤੋਂ ਚੱਲਦਾ ਚੱਲਦਾ ਉਸ ਡਾਕਟਰ ਦਾ ਕੰਪਾਊਂਡਰ ਬਣ ਗਿਆ। 4 ਸਾਲ ਮੈਂ ਉਹਦੀ ਦੁਕਾਨ 'ਤੇ ਰਿਹਾ। ਉਹਦੀ ਇੱਕ ਘਟਨਾ ਮੈਨੂੰ ਯਾਦ ਆਉਂਦੀ ਹੈ ਬਾਰ ਬਾਰ, ਕਿ ਉਸ ਡਾਕਟਰ ਦੇ ਕੋਲ ਇੱਕ ਲੇਡੀ ਪੇਸ਼ੈਂਟ ਆਉਂਦੀ ਸੀ
ਪੇਸ਼ੈਂਟ ਤਾਂ ਨਹੀਂ ਸੀ, ਉਹ ਆ ਕੇ ਬੈਠੀ ਰਹਿੰਦੀ ਸੀ ਅਤੇ ਮੈਂ ਕਿਉਂਕਿ ਮੇਰਾ ਕੰਮ ਰਾਖੀ ਕਰਨਾ ਵੀ ਸੀ, ਉੱਥੇ ਬੈਠਣਾ ਵੀ ਸੀ ਅਤੇ ਮੈਂ ਉੱਥੇ ਬੈਠਾ ਹੁੰਦਾ ਸੀ ਤਾਂ ਉਹ ਡਾਕਟਰ ਮੈਨੂੰ ਭੇਜਣ ਵਾਸਤੇ, ਪਰੇ ਕਰਨ ਵਾਸਤੇ ਉਹ ਇੱਕ ਰੁਪਇਆ ਦਿੰਦਾ ਹੁੰਦਾ ਸੀ ਕਿ ਜਾ ਕੇ ਮਲਾਈ ਲਿਆ। ਉਸ ਵੇਲੇ ਹਲਵਾਈਆਂ ਤੋਂ ਮਲਾਈ ਵੀ ਵਿਕਦੀ ਸੀ ਅਤੇ ਮੈਂ ਜਲਦੀ ਜਲਦੀ ਜਾਣਾ ਅਤੇ ਜਲਦੀ ਜਲਦੀ ਮਲਾਈ ਲੈ ਕੇ ਵਾਪਸ ਆ ਜਾਣਾ, ਡੋਨਾ ਹੁੰਦਾ ਸੀ ਅਤੇ ਮੇਰੇ ਜਲਦੀ ਵਾਪਸ ਆਉਣ 'ਤੇ ਡਾਕਟਰ ਮੈਨੂੰ ਝਾੜ ਪਾਉਂਦਾ ਹੁੰਦਾ ਸੀ, ਆਰਾਮ ਨਾਲ ਆਇਆ ਕਰ ਜਲਦੀ ਕਾਹਦੀ ਹੈ। ਅਤੇ ਮੈਨੂੰ ਗੱਲ ਸਮਝ ਨਹੀਂ ਸੀ ਆਉਂਦੀ, ਇੰਨੀ ਸਮਝ ਨਹੀਂ ਸੀ ਅਤੇ ਮੈਂ ਉਸ ਝਾੜ ਤੋਂ ਬਚਣ ਵਾਸਤੇ ਉਸ ਤੋਂ ਮਗਰੋਂ ਜਦੋਂ ਵੀ ਡਾਕਟਰ ਮੈਨੂੰ ਭੇਜਦਾ ਹੁੰਦਾ ਸੀ ਤਾਂ ਮੈਂ 8 ਆਨੇ ਦੀ ਪਹਿਲਾਂ ਮਲਾਈ ਲੈਂਦਾ ਹੁੰਦਾ ਸੀ ਅਤੇ ਇੱਕ ਜਗ੍ਹਾ 'ਤੇ ਬੈਠ ਕੇ, ਲੁਕਵੀਂ ਜਗ੍ਹਾ 'ਤੇ ਬੈਠ ਕੇ ਪਹਿਲਾਂ ਉਹ ਮਲਾਈ ਆਪ ਖਾਂਦਾ ਸੀ ਅਤੇ ਫਿਰ ਜਦੋਂ ਖਾ ਲੈਂਦਾ ਸੀ ਤਾਂ ਉਸ ਵੇਲੇ ਫਿਰ ਮੈਂ 8 ਆਨੇ ਦੀ ਜਿਹੜੇ ਬਾਕੀ ਰਹਿੰਦੇ ਸੀ ਉਹਦੀ ਮਲਾਈ ਲੈ ਕੇ 15-20 ਮਿੰਟ ਅੱਗੇ ਵੀ ਅੱਧਾ ਘੰਟਾ ਵੀ ਇਸ ਗੱਲ ਨੂੰ ਲੱਗ ਜਾਂਦਾ ਸੀ ਅਤੇ ਮੇਰੇ ਲੇਟ ਆਉਣ ਨਾਲ ਉਹ ਡਾਕਟਰ ਖੁਸ਼ ਹੁੰਦਾ ਸੀ ਅਤੇ ਮੈਨੂੰ ਇਹਨਾਂ ਗੱਲਾਂ 'ਤੇ ਸਮਝ ਨਹੀਂ ਸੀ ਕਿ ਉਹ ਡਾਕਟਰ ਮੈਨੂੰ ਕਿਉਂ ਭੇਜਦਾ, ਕੀ ਕਰਦਾ ਵਗੈਰਾ 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 ਜਿਹੜਾ ਸੀਗਾ। ਇਹ ਮੇਰੇ ਜ਼ਿੰਦਗੀ ਦਾ ਪਹਿਲਾ ਤਜਰਬਾ ਸੀ ਅਤੇ ਉਸ ਡਾਕਟਰ ਦੀ ਦੁਕਾਨ ਦੇ ਨਾਲ ਇੱਕ ਛਾਪਾ ਖਾਣਾ ਸੀ। ਉਸ ਛਾਪੇ ਖਾਣੇ ਦੇ ਵਿੱਚ ਉਸ ਵੇਲੇ ਪੈਪਸੂ ਦਾ ਅਖਬਾਰ ਇੱਕ ਛਪਦਾ ਸੀ, ਰਣਜੀਤ ਅਖਬਾਰ ਸੀ ਉਸਦਾ ਨਾਂ। ਅਤੇ ਮੈਂ ਉਸ ਡਾਕਟਰ ਦੀ ਦੁਕਾਨ ਤੋਂ ਕੰਪਾਊਂਡਰੀ ਕਰਦਾ ਕਰਦਾ ਉਸ ਛਾਪੇ ਖਾਣੇ ਦੇ ਵਿੱਚ ਪ੍ਰਵੇਸ਼ ਕਰ ਗਿਆ। ਉਸ ਦਾ ਮੈਨੂੰ ਜ਼ਿੰਦਗੀ ਭਰ ਲਾਭ ਹੋਇਆ, ਲਾਭ ਮੈਨੂੰ ਸਾਰੀਆਂ ਗੱਲਾਂ ਦਾ ਹੋਇਆ। ਜੋ ਕੁਝ ਵੀ ਵਾਪਰਿਆ ਉਸ ਤੋਂ ਕਈ ਵਾਰੀ ਕੋਈ ਸਬਕ ਪਤਾ ਲੱਗ ਜਾਂਦਾ, ਮਿਲ ਜਾਂਦਾ, ਕਿਸੇ ਬੰਦੇ ਦੇ ਵਿਹਾਰ ਦਾ ਪਤਾ ਲੱਗ ਜਾਂਦਾ, ਉਸ ਦੇ ਵਰਤਾਰੇ ਦਾ ਪਤਾ ਲੱਗ ਜਾਂਦਾ, ਉਸ ਦੀ ਕਿਸਮ ਦਾ ਪਤਾ ਲੱਗ ਜਾਂਦਾ ਵੀ ਇਸ ਕਿਸਮ ਦੇ ਵੀ ਬੰਦੇ ਹੁੰਦੇ ਆ। ਸੋ ਉਸ ਥਾਂ ਉੱਤੇ ਵੱਡੇ ਵੱਡੇ ਲੀਡਰ ਜਿਹੜੇ ਸੀ ਪੈਪਸੂ ਦੇ ਉਹ ਆਉਂਦੇ ਹੁੰਦੇ ਸੀ ਅਤੇ ਉੱਥੇ ਉਹਨਾਂ ਨੂੰ ਵੇਖਣ ਦਾ ਜਾਂ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਦਾ ਰਹਿੰਦਾ ਸੀ ਅਤੇ ਉਸ ਦੁਕਾਨ ਉਸ ਛਾਪੇਖਾਨੇ ਦੇ ਨਾਲ ਹੀ ਮੰਜਿਆਂ ਦੀ, ਬਾਹੀਆਂ ਦੀ, ਬਾਹਵਿਆਂ ਦੀ, ਵਾਣ ਦੀ, ਨਿਵਾਰ ਦੀ ਦੁਕਾਨ ਸੀ। ਉਸ ਵੇਲੇ ਰਿਵਾਜ਼ ਸੀ ਕਿ ਸਵੇਰ ਵੇਲੇ ਸਾਰੀ ਦੁਕਾਨ ਜਿਹੜੀ ਸੀ ਨਾ ਅੰਦਰੋਂ ਕੱਢ ਕੇ ਬਾਹਰ ਲੈ ਆਉਂਦੇ ਸੀ। ਹੁਣ ਵੀ ਮੰਡੀਆਂ ਦੇ ਵਿੱਚ ਜਿਹੜਾ ਨਾ ਛੋਟੀਆਂ ਮੰਡੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਇਵੇਂ ਹੁੰਦਾ ਅਤੇ ਉਸ ਦੇ ਵਿੱਚ ਕੀ ਹੁੰਦਾ ਕਿ ਉਹ ਸਾਰੀ ਦੁਕਾਨ ਬਾਹਰ ਕੱਢੀ ਜਾਂਦੀ ਆ ਅਤੇ ਸ਼ਾਮ ਨੂੰ ਉਹ ਸਾਰੀ ਦੁਕਾਨ ਜਿਹੜੀ ਆ ਉਹ ਬੰਦ ਕੀਤੀ ਜਾਂਦੀ ਆ। ਮੈਂ ਉੱਥੇ ਦੋ ਕੰਮ ਕਰਦਾ ਹੁੰਦਾ ਸੀ, ਇੱਕ ਤਾਂ ਉਹਦੀ ਸਵੇਰੇ ਦੁਕਾਨ ਖੁਲਵਾਉਣੀ ਹੁੰਦੀ ਸੀ, ਸਾਰਾ ਸਮਾਨ ਚੁੱਕ ਕੇ ਬਾਹਰ ਰੱਖਣਾ ਹੁੰਦਾ, ਸ਼ਾਮ ਨੂੰ ਉਹ ਸਮਾਨ ਚੁੱਕ ਕੇ ਅੰਦਰ ਰੱਖਣਾ ਹੁੰਦਾ ਸੀ ਅਤੇ ਉਹ ਮੰਜਿਆਂ ਦੇ ਪਾਵੇ ਵਗੈਰਾ ਵੇਚਦਾ ਸੀ ਅਤੇ ਪਾਵਿਆਂ ਦੇ ਵਿੱਚ ਤਰੇੜਾਂ ਹੁੰਦੀਆਂ ਸੀ, ਉਹਨਾਂ ਤਰੇੜਾਂ ਦੇ ਵਿੱਚ ਇੱਕ ਮਸਾਲਾ ਹੁੰਦਾ ਸੀ, ਉਸ ਦੇ ਵਿੱਚ ਮਿੱਟੀ ਘੋਲ ਕੇ, ਇੱਟਾਂ ਵਾਲੀ ਮਿੱਟੀ ਉਹ ਹੋਰ ਭਰਦੇ ਹੁੰਦੇ ਸੀ ਅਤੇ ਉਸ ਉੱਤੇ ਵਾਰਨਿਸ਼ ਕਰਦੇ ਹੁੰਦੇ ਸੀ। ਇਹ ਮੇਰਾ ਕੰਮ ਸੀ। 8ਵੀਂ ਜਮਾਤ ਦੇ ਵਿੱਚ ਮੈਂ ਸਕੂਲ ਦੇ ਵਿੱਚ ਉਸ ਅਖਬਾਰ ਦੇ ਆਧਾਰ ਉੱਤੇ ਖਬਰਾਂ ਲਿਖਣ ਲੱਗ ਪਿਆ ਸਾਂ ਅਤੇ ਇਸ ਕਰਕੇ ਮੈਂ ਰੋਜ਼ ਸਵੇਰੇ ਅੱਧਾ ਘੰਟਾ ਪਹਿਲਾਂ ਸਕੂਲ ਪਹੁੰਚਦਾ ਸੀ ਅਤੇ ਖਬਰਾਂ ਲਿਖਦਾ ਹੁੰਦਾ ਸੀ। 8ਵੀਂ 9ਵੀਂ 10ਵੀਂ ਉਦੋਂ 10ਵੀਂ ਤੱਕ ਹੁੰਦੇ ਸੀ ਸਕੂਲ। ਇਹ 3 ਸਾਲ ਮੈਂ ਖਬਰਾਂ ਲਿਖਣ ਦਾ ਕੰਮ ਕੀਤਾ ਅਤੇ ਖਬਰਾਂ ਲਿਖਣ ਦੀ ਜ਼ਿੰਮੇਵਾਰੀ ਦੇ ਕਾਰਨ ਮੈਂ 3 ਸਾਲਾਂ ਦੇ ਵਿੱਚ ਲੇਟ ਨਹੀਂ ਹੋਇਆ ਅਤੇ ਨਾ ਹੀ ਕਦੇ ਛੁੱਟੀ ਗਈ। ਛੁੱਟੀ ਨਾ ਲੈਣ ਦੀ ਆਦਤ ਇਤਨੀ ਬਣੀ ਕਿ ਮੈਂ 40 ਸਾਲਾਂ ਵਿੱਚ ਕੋਈ ਛੁੱਟੀ ਨਹੀਂ ਲਈ। ਮੈਂ ਕਾਲਜਾਂ ਦੇ ਵਿੱਚ ਪੜ੍ਹਾਇਆ, ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਾਇਆ, 40 ਸਾਲ ਦੇ ਵਿੱਚ ਮੈਨੂੰ ਛੁੱਟੀ ਲੈਣ ਦੀ ਲੋੜ ਹੀ ਨਹੀਂ ਪਈ। ਉਹ ਰੈਗੂਲੈਰਿਟੀ ਜਿਹੜੀ ਸੀਗੀ ਉਹ ਇੱਕ ਤਾਂ ਹੁੰਦਾ ਕਿ ਅਖਬਾਰ ਜਿਹੜਾ ਨਾ ਅਖਬਾਰ ਦੇ ਵਿੱਚ ਕੰਮ ਕਰਨ ਦਾ ਇੱਕ ਬੜਾ ਵੱਡਾ ਤਜਰਬਾ ਮਿਲਦਾ। ਉਹਦੇ ਵਿੱਚ ਇਹ ਹੁੰਦਾ ਕਿ ਭਾਵੇਂ ਅੱਧਾ ਸਟਾਫ ਛੁੱਟੀ ਹੋਵੇ ਅਖਬਾਰ ਛਪਣੀ ਹੈ, ਅਖਬਾਰ ਰਾਤ ਨੂੰ 9 ਵਜੇ ਛਪਣੀ ਹੈ, ਹਰ ਹਾਲਤ ਵਿੱਚ ਛਪਣੀ ਹੈ ਅਤੇ ਉਹਦੇ ਵਿੱਚ ਕੋਈ ਦਰਜੇਬੰਦੀ ਨਹੀਂ ਹੁੰਦੀ ਕਿ ਇਹ ਸੰਪਾਦਕ ਹੈ ਅਤੇ ਇਹ ਚਪੜਾਸੀ ਹੈ ਅਤੇ ਇਹ ਸਫਾਈ ਸੇਵਕ ਹੈ। ਮਤਲਬ ਕਿ ਸਾਰੇ ਬੰਦੇ ਸਾਰੇ ਕੰਮ ਕਰ ਸਕਦੇ ਸੀਗੇ ਅਤੇ 8ਵੀਂ ਜਮਾਤ ਦੇ ਵਿੱਚ ਮੈਂ
ਉਸ ਅਖਬਾਰ ਦੇ ਵਿੱਚ ਵੀ ਖਬਰਾਂ ਲਿਖਦਾ ਸੀ ਅਤੇ ਉਸ ਤੋਂ ਬਾਅਦ ਫਿਰ ਮੈਂ ਸਕੂਲ ਦੇ ਵਿੱਚ ਵੀ ਖਬਰਾਂ ਜਿਹੜੀਆਂ ਸੀ ਉਹ ਲਿਖਦਾ ਸੀ। ਸੋ ਉਸ ਅਖਬਾਰ ਦੇ ਦਫ਼ਤਰ ਵਿੱਚ ਕੰਮ ਕਰਦਿਆਂ ਖਬਰਾਂ ਲਿਖਦਾ ਸੀ ਅਤੇ ਉਹ ਹੈੱਡ ਮਾਸਟਰ ਸਾਹਿਬ ਦੇ ਦਫ਼ਤਰ ਦੀ ਕੰਧ ਜਿਹੜੀ ਸੀ ਵਿਸ਼ੇਸ਼ ਤੌਰ ਉੱਤੇ ਉਹਨੂੰ ਕਾਲਾ ਰੰਗ ਕੀਤਾ ਗਿਆ ਤਾਂ ਕਿ ਉਹ ਉਸਨੂੰ ਬਲੈਕ ਬੋਰਡ ਦੇ ਤੌਰ 'ਤੇ ਵਰਤਿਆ ਜਾ ਸਕੇ। ਅਖਬਾਰਾਂ ਵੇਚਣ ਦਾ ਵੀ ਕੰਮ ਕੀਤਾ, ਪ੍ਰੈਸ ਦੇ ਨਾਲ ਜਿੰਨੇ ਵੀ ਕੰਮ ਸੀ ਛਪਾਈ ਦਾ, ਕੰਪੋਜ਼ਿੰਗ ਦਾ, ਜਿਲਦ ਸਾਜ਼ੀ ਦਾ ਵਗੈਰਾ 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 ਸਾਰੇ ਕੰਮ ਜਿਹੜੇ ਸੀ ਕੀਤੇ। ਇਹਦੇ ਨਾਲ ਮੈਨੂੰ 20-25 ਕੰਮ ਕਰਨ ਦਾ ਤਜਰਬਾ ਹੋਇਆ 20 ਸਾਲ ਦੀ ਉਮਰ ਤੱਕ। ਜਿਹੜਾ ਕੰਮ ਮਿਲਿਆ ਕੀਤਾ ਉਸ ਵੇਲੇ ਕੰਮ ਹਨ ਹੀ ਇਹੋ ਜਿਹੇ ਸਨ, ਕੋਈ ਉਸ ਵੇਲੇ ਕੋਈ ਕਾਰਖਾਨੇ ਨਹੀਂ ਸਨ, ਕੋਈ ਵੱਡੇ ਕੰਮ ਨਹੀਂ ਸਨ, ਕੰਮ ਹਨ ਹੀ ਇਹੋ ਜਿਹੇ ਸੀ। ਅਤੇ ਉਸ ਦੇ ਨਾਲ ਕੀ ਹੋਇਆ ਕਿ ਇੱਕ ਵਾਰੀ ਅਖਬਾਰ ਵਾਲਿਆਂ ਨੇ ਮੈਨੂੰ ਸਾਹਿਬਜ਼ਾਦਿਆਂ ਦੇ ਗੁਰਪੁਰਬ 'ਤੇ, ਜਿਹੜਾ ਕਿ ਸਰਦੀਆਂ ਦੇ ਮਹੀਨੇ ਦੇ ਵਿੱਚ ਹੁੰਦਾ, ਮੈਨੂੰ ਫਤਿਹਗੜ੍ਹ ਭੇਜਿਆ 150 ਅਖਬਾਰਾਂ ਦੇ ਕੇ ਵੀ ਇਹ ਉਸ ਮੇਲੇ ਦੇ ਵਿੱਚ ਤੂੰ ਵੇਚਣੀ ਹੈ। ਅਨਪੜ੍ਹਾਂ ਦੇ ਮੇਲੇ ਦੇ ਵਿੱਚ ਅਖਬਾਰ ਕੌਣ ਖਰੀਦਦਾ ਸੀ? ਸਾਰੇ ਦਿਨ ਦੇ ਵਿੱਚ ਇੱਕ ਅਖਬਾਰ ਵਿਕੀ ਹੈ, ਇੱਕ ਅਖਬਾਰ ਵਿਕੀ, ਅਤੇ ਉਹਨਾਂ ਨੇ ਮੈਨੂੰ ਪੈਸੇ ਵੀ ਨਹੀਂ ਸੀ ਦਿੱਤੇ ਵਾਪਸੀ ਦੇ ਕਿਰਾਏ ਦੇ। ਅਤੇ ਮੈਨੂੰ ਇਹ ਬੜੀ ਪ੍ਰੋਬਲਮ ਹੋ ਗਈ ਕਿ ਮੈਂ ਹੁਣ ਵਾਪਸ ਵੀ ਜਾਣਾ ਹੈਗਾ ਅਤੇ ਕੀ ਕਰਾਂ। ਉਹ ਅਖਬਾਰਾਂ ਫਿਰ ਅਖੀਰ 'ਤੇ ਮੈਂ ਇੱਕ ਪਕੌੜਿਆਂ ਵਾਲੇ ਨੂੰ ਵੇਚੀਆਂ ਅਤੇ ਉਸਨੂੰ ਦੱਸਿਆ ਕਿ ਮੈਨੂੰ ਵਾਪਸ ਜਾਣ ਦਾ ਕਿਰਾਇਆ ਚਾਹੀਦਾ। ਮੈਂ ਜਦੋਂ ਵਾਪਸ ਆ ਰਿਹਾ ਸੀਗਾ ਤਾਂ ਮੈਂ ਖਾਲੀ ਹੱਥ ਸੀ, ਤਾਂ ਉਹਨਾਂ ਨੇ ਮੈਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਕਿ ਸਾਰੀਆਂ ਅਖਬਾਰਾਂ ਵਿਕ ਗਈਆਂ ਹੋਣੀਆਂ। ਅਤੇ ਮੈਂ ਉਹਨਾਂ ਨੂੰ ਇੱਕ ਬੱਚੇ ਦੇ ਤੌਰ 'ਤੇ ਬੜੇ ਕੁੜਖਤ ਸ਼ਬਦਾਂ ਵਿੱਚ ਕਿਹਾ, ਮੈਂ ਕਿਹਾ ਤੁਸੀਂ ਕੀ ਅਖਬਾਰ ਮੈਨੂੰ ਦੇ ਦਿੱਤੀ? ਉਹ ਤਾਂ ਕੋਈ ਪੜ੍ਹਨ ਵਾਲਾ ਹੈ ਹੀ ਨਹੀਂ ਸੀ ਉੱਥੇ, ਉਹ ਵਿਕਣ ਵਾਲੀ ਨਹੀਂ ਸੀਗੀ ਜਾਂ ਵਿਕੀ ਹੀ ਨਹੀਂ ਸੀ। ਉਸ ਵੇਲੇ ਪੰਜਾਬੀ ਸੂਬੇ ਦੀ ਲਹਿਰ ਚੱਲ ਰਹੀ ਸੀ ਅਤੇ ਮੈਂ ਕਿਉਂਕਿ ਅਖਬਾਰ ਦੇ ਵਿੱਚ ਕੰਮ ਕਰਦਾ ਸੀ ਥੋੜ੍ਹਾ ਜਿਹਾ ਪੋਲੀਟੀਕਲੀ ਅਵੇਅਰ ਸੀ। ਅਤੇ ਸਕੂਲ ਦੇ ਵਿੱਚ ਜਦੋਂ ਛੁੱਟੀ ਹੋ ਜਾਂਦੀ ਸੀ ਤਾਂ ਸਾਰੇ ਵਿਦਿਆਰਥੀਆਂ ਨੂੰ ਨਾਅਰੇ ਲਾਉਂਦੇ ਹੋਏ ਅਸੀਂ ਥਾਣੇ ਲੈ ਜਾਂਦੇ ਸੀਗੇ ਅਤੇ ਬੱਚੇ ਜਿਹੜੇ ਸੀ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ, ਉਹਨਾਂ ਨੂੰ ਪਤਾ ਨਹੀਂ ਸੀ ਹੈ ਕੀ ਇਹ ਪੰਜਾਬੀ ਸੂਬਾ ਵਗੈਰਾ ਵਗੈਰਾ ਜਿਹੜਾ ਸੀ, ਅਤੇ ਉਹ ਲੈ ਜਾਂਦੇ। ਮੈਂ 5ਵੀਂ ਜਮਾਤ ਦੇ ਵਿੱਚ ਪਹਿਲੀ ਵਾਰੀ ਗ੍ਰਿਫਤਾਰ ਹੋਇਆ ਅਤੇ ਕਲਕੱਤੇ ਦਾ ਅਖਬਾਰ ਸੀ ਦੇਸ਼ ਦਰਪਣ, ਉਹਦੇ ਵਿੱਚ ਖਬਰ ਛਪੀ ਕਾਕਾ ਜਥੇਦਾਰ ਨਰਿੰਦਰ ਸਿੰਘ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਗ੍ਰਿਫਤਾਰ। ਅਤੇ ਉਹ ਉਸਦੇ ਵਿੱਚ 60 ਦੇ ਵਿੱਚ ਜਦੋਂ ਮੈਂ 10ਵੀਂ ਕਰ ਲਈ ਸੀ ਫਿਰ ਮੋਰਚਾ ਲੱਗਿਆ ਅਤੇ ਉਹਦੇ ਵਿੱਚ ਗ੍ਰਿਫਤਾਰ ਹੋਇਆ ਅਤੇ ਮੈਂ 1 ਮਹੀਨਾ ਜੇਲ੍ਹ ਕੱਟੀ। ਉਹ ਜੇਲ੍ਹ ਕੱਟਣ ਦਾ ਇੱਕ ਬੜਾ ਅਜੀਬ ਜਿਹਾ ਚੰਗਾ ਅਨੁਭਵ ਸੀ ਮੈਂ ਕਹੂੰਗਾ। ਉਸ ਤੋਂ ਬਾਅਦ ਜੇਲ੍ਹ ਦਾ ਡਰ ਮੇਰੇ ਮਨ ਵਿੱਚੋਂ ਨਿਕਲ ਗਿਆ, ਬਲਕਿ ਜੇਕਰ ਕਿਸੇ ਬੰਦੇ ਕੋਲ ਕੰਮ ਹੋਵੇ, ਬਲਕਿ ਮੈਂ ਕਈ ਮੋਟੀਆਂ ਕਿਤਾਬਾਂ ਘਰ ਦੇ ਵਿੱਚ ਇਸ ਕਰਕੇ ਕਿੰਨੇ ਹੀ ਸਾਲ ਸਾਂਭੀ ਰੱਖੀਆਂ ਕਿ ਜੇ ਕਦੀ ਕੈਦ ਹੋ ਗਈ ਤਾਂ ਉੱਥੇ ਜੇਲ੍ਹ 'ਚ ਪੜਾਂਗੇ। ਇਹ ਮਤਲਬ ਕਿ ਇਸ ਢੰਗ ਦੀ ਸੋਚ ਜਿਹੜੀ ਹੈ ਉਹ ਪੈਦਾ ਹੁੰਦੀ ਹੈ। 10ਵੀਂ ਕਰਕੇ ਮੈਂ ਬਿਜਲੀ ਬੋਰਡ ਦੇ ਵਿੱਚ ਲੱਗ ਗਿਆ, ਸਟੋਰ ਦੇ ਵਿੱਚ ਮੇਰਾ ਕੰਮ ਸੀ ਲੈਜਰਸ ਰੱਖਣਾ। ਉੱਥੇ ਮੇਰਾ ਜਿਹੜਾ ਅਫਸਰ ਸੀ ਉਹ ਓਵਰਸੀਅਰ ਸੀ, ਮੈਂ ਸਟੋਰ ਮੁਨਸ਼ੀ ਸੀ, ਅਤੇ ਉਸ ਓਵਰਸੀਅਰ ਦਾ ਕਿਸੇ ਲੜਕੀ ਦੇ ਨਾਲ ਪਿਆਰ ਸੀ ਅਤੇ ਉਹ ਉਸਨੂੰ ਚਿੱਠੀਆਂ ਲਿਖਦੀ ਸੀ। ਉਸ ਵੇਲੇ ਚਿੱਠੀਆਂ ਦਾ ਰਿਵਾਜ਼ ਟੈਲੀਫੋਨ ਵਗੈਰਾ ਨਹੀਂ ਸੀ ਅਤੇ ਉਸਦੀ ਆਪਣੀ ਲਿਖਾਈ ਬਹੁਤੀ ਅੱਛੀ ਨਹੀਂ ਸੀ। ਅਤੇ ਉਸਨੇ ਇੱਕ ਵਾਰੀ ਕੀ ਕੀਤਾ ਕਿ ਉਹ ਆਪਣਾ ਜਿਹੜਾ ਜਵਾਬ ਲਿਖਿਆ ਲਵ ਲੈਟਰ ਦਾ ਉਹ ਮੈਨੂੰ ਦਿੱਤਾ ਵੀ ਇਹਨੂੰ ਥੋੜ੍ਹੀ ਜਿਹੀ ਸਾਫ਼ ਲਿਖਾਈ ਦੇ ਵਿੱਚ ਲਿਖਦੇ, ਥੋੜ੍ਹੀ ਜਿਹੀ ਲਿਖਾਈ ਸਾਫ਼ ਸੀ। ਉਹ ਮੈਂ ਜਦੋਂ ਲਿਖਿਆ ਤਾਂ ਮੈਂ ਆਪਣੇ ਕੋਲੋਂ ਕੁਝ ਵਾਕ ਪਾ ਦਿੱਤੇ ਉਹਦੇ ਵਿੱਚ, ਅਤੇ ਉਹ ਕੁਝ ਵਾਕ ਪਾਉਣ ਨਾਲ ਉਹ ਲੈਟਰ ਜਿਹੜਾ ਸੀ ਥੋੜ੍ਹਾ ਜਿਹਾ ਰੋਮਾਂਟਿਕ ਹੋ ਗਿਆ। ਰੋਮਾਂਟਿਕ ਹੋਣ ਦੇ ਨਾਲ ਉਸ ਤੋਂ ਬਾਅਦ ਮੈਂ 2 ਸਾਲ ਮੇਰਾ ਇਹ ਕੰਮ ਸੀ ਉਸਦੇ ਲਵ ਲੈਟਰ ਨੂੰ ਲਿਖਣਾ ਜਿਹੜਾ ਸੀ, ਇਹ ਮੇਰੀ ਪਹਿਲੀਆਂ ਰਾਈਟਿੰਗ ਦੇ ਵਿੱਚ ਆਉਣ ਵਾਲੀ ਗੱਲ ਹੈ। ਅਤੇ ਕਈ ਵਾਰੀ ਕੀ ਹੁੰਦਾ ਸੀ ਕਿ ਉਸਦੀ ਉਹ ਪ੍ਰੇਮਿਕਾ ਜਿਹੜੀ ਸੀ ਦਫ਼ਤਰ ਹੀ ਆ ਜਾਂਦੀ ਸੀ, ਦਫ਼ਤਰ ਆ ਕੇ ਅਤੇ ਉਹ ਜਿਹੜੀ ਚਿੱਠੀ ਉਸਨੇ ਭੇਜੀ ਹੁੰਦੀ ਸੀ, ਲਿਖੀ ਮੇਰੀ ਹੁੰਦੀ ਸੀ ਭੇਜੀ ਉਹਨੇ ਹੁੰਦੀ ਸੀ, ਅਤੇ ਉਸੇ ਦੀ ਕਹਾਉਂਦੇ ਸੀ। ਉਹ ਕਈ ਵਾਰੀ ਉਸਨੂੰ ਪੁੱਛਦੇ ਸੀ ਵੀ ਇਸ ਗੱਲ ਦਾ ਕੀ ਮਤਲਬ ਹੈ, ਅਤੇ ਮੇਰੇ ਵਾਸਤੇ ਰੋਕਣਾ ਬੜਾ ਮੁਸ਼ਕਲ ਸੀ ਵੀ ਇਹਦਾ ਇਹ ਮਤਲਬ ਹੈ, ਉਹ ਐਕਸਪਲੇਨ ਨਹੀਂ ਸੀ ਕਰ ਸਕਦਾ ਅਤੇ ਮੈਂ ਦੱਸ ਨਹੀਂ ਸੀ ਸਕਦਾ। ਇਹ ਇੱਕ ਸਿਚੁਏਸ਼ਨ ਸੀ ਜਿਹੜੀ ਮੈਨੂੰ ਫੇਸ ਕਰਨੀ ਪੈਂਦੀ ਸੀ।
ਉਸ ਵੇਲੇ ਰਿਵਾਜ ਕੀ ਸੀ, ਮੈਂ ਸਿੱਖ ਸਾਂ ਅਤੇ ਉਸ ਵੇਲੇ ਹਿੰਦੂ ਸਿੱਖ ਦਾ ਝਗੜਾ ਸੀ ਪੰਜਾਬੀ ਸੂਬੇ ਦੇ ਮੋਰਚੇ ਕਰਕੇ, ਅਤੇ ਹਿੰਦੂ ਉਮੀਦਵਾਰ ਜਿਹੜੇ ਸੀ, ਇੱਕ ਹਿੰਦੂ ਉਮੀਦਵਾਰ ਸੀ ਜਗਦੀਸ਼ ਚੰਦਰ ਉਹਦਾ ਨਾਂ ਸੀ, ਉਸਨੇ ਮੈਨੂੰ ਮਿਊਂਸਪਲ ਕਮੇਟੀ ਦੀ ਚੋਣ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਸਿੱਖ ਹੋਣ ਦੇ ਨਾਤੇ ਲਾਇਆ ਅਤੇ 2 ਰੁਪਏ ਮੇਰੀ ਰੋਜ਼ ਦੀ ਦਿਹਾੜੀ ਉਸਨੇ ਫਿਕਸ ਕੀਤੀ, ਅਤੇ ਉਹ ਜਿਹੜਾ ਸੀ ਇਸ ਨਾਲ ਇੱਕ ਪ੍ਰਭਾਵ ਪਾਉਣ ਦਾ ਯਤਨ ਜਿਹੜਾ ਸੀਗਾ ਉਹ ਕੀਤਾ ਗਿਆ। ਜਦੋਂ ਬੀ ਏ ਕੀਤੀ ਤਾਂ ਉਸ ਵੇਲੇ ਯੂਨੀਵਰਸਿਟੀ ਬਣ ਗਈ, ਮੇਰੇ ਮਨ ਦੇ ਵਿੱਚ ਇੱਛਾ ਪੈਦਾ ਹੋਈ ਕਿ ਮੈਂ ਯੂਨੀਵਰਸਿਟੀ ਵਿੱਚ ਪੜ੍ਹਾਂ। ਬੀ ਜੀ ਬੋਰਡ ਦੇ ਵਿੱਚ ਮੈਂ 4 ਸਾਲ ਤੋਂ ਨੌਕਰੀ ਕਰ ਰਿਹਾ ਸਾਂ, ਅਤੇ ਉਹ ਮੈਂ ਨੌਕਰੀ ਜਿਹੜੀ ਸੀ ਉਹ ਤਿਆਗ ਦਿੱਤੀ, ਕੁਝ ਪੈਸੇ ਮੇਰੇ ਕੋਲ ਸੀ। ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਸੀ, ਮੈਂ ਉਹ ਬ੍ਰਾਂਚ ਦੇਖਿਆ, ਉਹਦਾ ਦਰਵਾਜ਼ਾ ਖੁੱਲ੍ਹਾ ਸੀ, ਹਜੇ ਨੈਸ਼ਨਲਾਈਜੇਸ਼ਨ ਨਹੀਂ ਸੀ ਹੋਈ ਬੈਂਕਾਂ ਦੀ, ਅਤੇ ਮੈਂ ਅੰਦਰ ਚਲਾ ਗਿਆ। ਅੰਦਰ ਮੈਨੇਜਰ ਬੈਠਾ ਸੀ, ਅਤੇ ਇਹਨੂੰ ਹੌਸਲਾ ਕਹਿ ਲਓ, ਸੈਲਫ ਕਾਨਫੀਡੈਂਸ ਕਹਿ ਲਓ, ਮੂਰਖਤਾ ਵੀ ਕਹਿ ਲਓ, ਅਤੇ ਮੈਂ ਸਿੱਧਾ ਮੈਨੇਜਰ ਕੋਲ ਚਲਾ ਗਿਆ। ਮੈਂ ਕਿਹਾ ਜੀ ਕੋਈ ਕੰਮ, ਮੈਂ ਬੀ ਏ ਪਾਸ ਹਾਂ, ਕੋਈ ਕੰਮ ਜਿਹੜਾ ਤੁਸੀਂ ਕਰਵਾਉਣਾ ਚਾਹੁੰਦੇ ਹੋ ਉੱਥੇ ਕੋਈ ਕਰਨ ਵਾਸਤੇ ਤਿਆਰ ਨਹੀਂ, ਮੈਂ ਕਰਨ ਵਾਸਤੇ ਤਿਆਰ ਹਾਂ। ਉਹਨੇ ਮੇਰੇ ਵੱਲ ਧਿਆਨ ਨਾਲ ਵੇਖਿਆ, ਇਹਨੇ ਨੂੰ ਅਕਾਊਂਟੈਂਟ ਆ ਗਿਆ, ਅਕਾਊਂਟੈਂਟ ਨੇ ਨੂੰ ਉਸ ਮੈਨੇਜਰ ਨੇ ਕਿਹਾ ਵੀ ਇਹ ਤੂੰ ਕੰਮ ਕਰਵਾ ਕੇ ਦੇਖ ਲਓ ਜੇ ਇਹ ਕਰ ਸਕਦਾ ਹੈ ਤਾਂ। ਉਸਨੇ ਮੈਨੂੰ ਕੁਝ ਟੋਟਲ ਦਿੱਤੇ ਕਰਨ ਵਾਸਤੇ, ਉਹ ਮੈਂ ਉਸਨੂੰ ਕਰਕੇ ਦਿੱਤੇ। ਇਹੋ ਜਿਹੇ ਟੋਟਲ ਮੈਂ ਬਿਜਲੀ ਬੋਰਡ ਦੇ ਵਿੱਚ ਕਰਦਾ ਰਿਹਾ ਸੀ। 4 ਸਾਲ ਮੈਂ ਬਿਜਲੀ ਬੋਰਡ ਦੇ ਵਿੱਚ ਜਿਹੜੇ ਬਿਜਲੀ ਦੇ ਬਿੱਲ ਬਣਦੇ ਆ ਨਾ ਉਹ ਬਣਾਉਂਦਾ ਹੁੰਦਾ ਸੀਗਾ, ਇਸ ਕਰਕੇ ਟੋਟਲਿੰਗ ਜਿਹੜੀ ਸੀਗੀ ਉਹਦੀ ਪ੍ਰੈਕਟਿਸ ਸੀ। ਉਸ ਨਾਲ ਮੈਂ ਬੈਂਕ ਦੇ ਵਿੱਚ ਲੱਗ ਗਿਆ, 3 ਸਾਲ ਮੈਂ ਬੈਂਕ ਦੇ ਵਿੱਚ ਰਿਹਾ। ਉਸ ਵੇਲੇ ਮੈਂ ਜਿਹੜੀ ਨੌਕਰੀ ਛੱਡੀ ਸੀ ਉਹ 90 ਰੁਪਏ ਮਹੀਨਾ ਸੀ, ਅਤੇ ਬੈਂਕ ਦੇ ਵਿੱਚ 300 ਰੁਪਏ ਮਿਲਣ ਲੱਗ ਪਏ, ਓਵਰ ਟਾਈਮ ਵੱਖਰਾ ਮਿਲਣ ਲੱਗ ਪਿਆ। ਮਤਲਬ ਕਿ ਮੇਰੇ ਕੋਲ 2,000-2,500 ਰੁਪਇਆ ਜਿਹੜਾ ਸੀ ਹੋ ਗਿਆ, ਜਿਹੜਾ ਕਿ ਮੈਂ ਯੂਨੀਵਰਸਿਟੀ ਵਿੱਚ ਪੜ੍ਹਨ ਵਾਸਤੇ ਸਮਝਦਾ ਸੀ ਕਿ ਸਫੀਸ਼ੀਐਂਟ ਹੈ। ਉਸ ਵੇਲੇ ਕਲਰਕ ਦੀ ਤਨਖਾਹ ਜਿਹੜੀ ਸੀ ਮਹੀਨੇ ਦੀ 100 ਰੁਪਇਆ ਹੁੰਦੀ ਸੀਗੀ, ਸੋ ਮੇਰੇ ਕੋਲ 2,000-2,500 ਰੁਪਇਆ ਸੀ। ਇੱਕ ਮੇਰੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਮੈਂ ਯੂਨੀਵਰਸਿਟੀ ਵਿੱਚ ਪੜ੍ਹਨਾ ਹੈਗਾ, ਅਤੇ ਮੈਂ ਯੂਨੀਵਰਸਿਟੀ ਦੇ ਵਿੱਚ ਡਿਗਨੀਫਾਈਡ ਤਰੀਕੇ ਨਾਲ ਪੜ੍ਹਨਾ, ਕੋਈ ਫੀਸ ਵਗੈਰਾ ਮਾਫ਼ ਨਹੀਂ ਕਰਵਾਉਣੀ ਹੈ, ਜੇ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਹੈ। ਅਤੇ ਬਚਪਨ ਦੇ ਵਿੱਚ ਪੈਸੇ ਨਹੀਂ ਸੀ ਹੁੰਦੇ, ਪਰ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਮੈਂ ਗਰੀਬ ਹਾਂ। ਮੇਰੀ ਮਾਂ ਜਿਹੜੀ ਸੀ ਉਹ ਬੜੇ ਖੁਸ਼ਹਾਲ ਪਰਿਵਾਰ ਵਿੱਚੋਂ ਸੀ, ਉਸਨੇ ਸਾਡੀ ਪੜ੍ਹਾਈ ਨਹੀਂ ਟੁੱਟਣ ਦਿੱਤੀ। ਉਸਨੇ ਇਹ ਫਾਰਮੂਲਾ ਰੱਖਿਆ ਕਿ ਇਹ ਜੇਕਰ ਚੰਗਾ ਭੋਜਨ ਖਾਣਗੇ, ਭੋਜਨ ਦੇ ਪੱਖੋਂ ਉਸਨੇ ਬੜਾ ਧਿਆਨ ਰੱਖਿਆ ਸਾਡਾ, ਅਸੀਂ ਤੰਦਰੁਸਤ ਰਹੇ। ਮਤਲਬ 63 ਸਾਲ ਦੀ ਉਮਰ ਤੱਕ ਮੈਂ ਜ਼ਿੰਦਗੀ ਵਿੱਚ ਕਦੇ ਟੀਕਾ ਹੀ ਨਹੀਂ ਸੀ ਲਵਾਇਆ, ਨਾ ਕੋਈ ਗੋਲੀ ਖਾਧੀ ਸੀ। ਸੋ ਉਹ ਉਸਨੇ ਇੱਕ ਐਸੀ ਟ੍ਰੇਨਿੰਗ ਦਿੱਤੀ ਜਾਂ ਉਸਨੇ ਇੱਕ ਐਸੀ ਬੁਨਿਆਦ ਰੱਖੀ ਕਿ ਉਹਦਾ ਇਹ ਲਾਭ ਹੋਇਆ। ਮੈਂ ਐਵੇਂ ਫਿਲੋਸਫੀ ਕਰਨੀ ਚਾਹੁੰਦਾ ਸੀ, ਜਿਹੜੇ ਗਰੀਬ ਪਰਿਵਾਰਾਂ ਵਿੱਚ ਹੁੰਦੇ ਨਾ ਉਹ ਵਿਦਵਾਨ ਬਣਨਾ ਚਾਹੁੰਦੇ ਹੈਗੇ, ਉਹਨਾਂ ਦੀ ਸੁਭਾਵਿਕ ਇੱਛਾ ਹੁੰਦੀ ਹੈ ਜ਼ਿਆਦਾ ਪੜ੍ਹਨ ਦੀ, ਅਤੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਮੈਂ ਲਾਇਬ੍ਰੇਰੀ ਦੇ ਵਿੱਚ ਨੌਕਰੀ ਕਰਾਂਗਾ ਅਤੇ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਿਆ, ਸਮਥਿੰਗ ਲਾਈਕ ਦੈਟ। ਮੈਂ ਐਵੇਂ ਫਿਲੋਸਫੀ ਕਰਨੀ ਚਾਹੁੰਦੀ ਸੀ, ਇੱਕ ਪ੍ਰੋਫੈਸਰ ਸਾਹਿਬ ਮਿਲੇ ਅਤੇ ਉਹਨਾਂ ਨੇ ਪੁੱਛਿਆ ਵੀ ਐਵੇਂ ਫਿਲੋਸਫੀ ਕਿਉਂ ਕਰਨੀ ਚਾਹੁੰਦਾ। ਮੈਂ ਕਿਹਾ ਮੈਂ ਕਾਲਜ ਵਿੱਚ ਲੱਗਣਾ ਚਾਹੁੰਦਾ। ਉਹ ਕਹਿੰਦੇ ਸਾਰੇ ਕਾਲਜਾਂ ਵਿੱਚ ਤਾਂ ਫਿਲੋਸਫੀ ਦਾ ਸਬਜੈਕਟ ਹੀ ਨਹੀਂ ਹੁੰਦਾ ਹੈਗਾ, ਅਤੇ ਜੇਕਰ ਹੋਵੇ ਵੀ ਤਾਂ ਬਹੁਤੇ ਸਟੂਡੈਂਟ ਇਸ ਸਬਜੈਕਟ ਨੂੰ ਪੜ੍ਹਦੇ ਨਹੀਂ। ਅਤੇ ਮੈਂ ਕਿਹਾ ਜੀ ਕਿਹੜਾ ਸਬਜੈਕਟ ਜਿਹੜਾ ਹੈ ਉਹ ਮੈਨੂੰ ਕਾਲਜ ਦੇ ਵਿੱਚ ਨੌਕਰੀ ਦਵਾ ਸਕਦਾ। ਉਹ ਕਹਿੰਦੇ ਐਮ ਏ ਇੰਗਲਿਸ਼ ਕਰ। ਮੈਂ ਯੂਨੀਵਰਸਿਟੀ ਦੇ ਵਿੱਚ ਐਮ ਏ ਇੰਗਲਿਸ਼ ਦੇ ਵਿੱਚ ਦਾਖਲਾ ਲਿਆ, ਮੇਰੇ ਨੰਬਰ ਚੰਗੇ ਸੀਗੇ, ਅਤੇ ਇੰਗਲਿਸ਼ ਦੇ ਸਬਜੈਕਟ ਦੇ ਵਿੱਚ ਮੈਂ ਉਸ ਵੇਲੇ ਬੀ ਏ ਦੇ ਵਿੱਚ ਪੰਜਾਬ ਦੇ ਵਿੱਚੋਂ 2nd ਸੀ। ਉਸ ਵੇਲੇ ਨੰਬਰਾਂ ਦਾ ਇਹ ਹਿਸਾਬ ਹੁੰਦਾ ਸੀਗਾ ਕਿ ਇੱਕ ਕਿਤਾਬ ਸੀ ਗ੍ਰੈਮਰ ਦੀ, ਉਹਦੇ ਵਿੱਚ 90 ਪੇਜ ਜਿਹੜੇ ਸੀ ਉਹ ਈਡੀਅਮਸ ਦੇ ਸੀ, ਅਤੇ ਈਡੀਅਮਸ ਦਾ 5 ਨੰਬਰ ਦਾ ਸਵਾਲ ਆਉਂਦਾ ਸੀ। ਮੈਨੂੰ ਇਹ ਕੌਨਫੀਡੈਂਸ ਸੀ ਕਿ ਇਹ 5 ਨੰਬਰ ਜਿਹੜੇ ਹੈ, ਭਾਵੇਂ ਹੋਰ 1 ਨੰਬਰ ਨਾ ਆਵੇ, ਪਰੰਤੂ ਇਹ 5 ਨੰਬਰ ਜਿਹੜੇ ਨਾ ਮੇਰੇ ਹੈਗੇ ਆ, ਉਹ 90 ਪੇਜ ਈਡੀਅਮਸ ਜਿਹੜੇ ਸੀ ਮੈਂ ਇਤਨੀ ਵਾਰੀ ਪੜ੍ਹੇ ਕਿ ਮੈਨੂੰ ਇੱਥੋਂ ਤੱਕ ਯਾਦ ਆ ਗਿਆ ਕਿ ਇਹ ਈਡੀਅਮ 83 ਪੇਜ ਦੇ 7ਵਾਂ ਈਡੀਅਮ ਹੈ, ਕੈਂਟ ਪਾਰ ਕੇਗਾ ਕਿ ਉਹ ਪੱਕੇ ਹੋ ਗਏ, ਅਤੇ ਮੈਂ ਲਿਖ ਕੇ ਪੜ੍ਹਦਾ ਹੁੰਦਾ ਸੀ। 34 ਸਾਲ ਦੀ ਉਮਰ ਤੱਕ ਮੈਂ ਇਮਤਿਹਾਨ ਦਿੰਦਾ ਰਿਹਾ। ਇਮਤਿਹਾਨ ਦੇਣ ਦੀ ਮੈਨੂੰ ਇੱਕ ਕੁੰਡੀ ਮਿਲ ਗਈ ਸੀ,
ਵੀ ਇਮਤਿਹਾਨ ਕਿਵੇਂ ਪਾਸ ਕੀਤੇ ਜਾਂਦੇ। ਉਹ ਕੁੰਡੀ ਇਹ ਸੀ, ਮੈਂ ਤੁਹਾਨੂੰ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਮੈਂ ਲਿਖ ਕੇ ਪੜ੍ਹਦਾ ਹੁੰਦਾ ਸੀ। ਮੈਂ ਰੋਜ਼ ਦੋ ਢਾਈ ਘੰਟੇ ਲਿਖਣ ਦਾ ਕੰਮ ਕਰਦਾ ਸੀ। ਮੇਰੀ ਡਾਕਟਰ ਜਿਹੜੀ IAS ਹੈਗੀ, ਉਸਨੂੰ ਵੀ ਇਹੀ ਫਾਰਮੂਲਾ ਦਿੱਤਾ ਮੈਂ, ਉਸਨੇ ਵੀ ਇਹੀ ਫਾਰਮੂਲਾ ਵਰਤਿਆ। ਇਸ ਫਾਰਮੂਲੇ ਨਾਲ ਹੀ ਉਹ ਕਾਮਯਾਬ ਹੋਈ। ਉਹ ਕਿਹਾ ਕਰਦੀ ਸੀ ਕਿ ਪਾਪਾ ਮੈਂ ਹਰ ਇੱਕ ਪਰਚੇ ਦੇ ਹਜ਼ਾਰ ਹਜ਼ਾਰ ਪੇਜ ਲਿਖਿਆ ਹੋਇਆ ਅਤੇ ਇਮਤਿਹਾਨ ਦੇ ਵਿੱਚ ਮੈਂ 30 ਪੇਜ ਲਿਖਣੇ ਸਾਰੇ, ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੈ। ਰਾਈਟਿੰਗ ਜਿਹੜੀ ਹੈਗੀ ਹੈ ਦੈਟ ਵਿਲ ਗਿਵ ਯੂ ਸਕਸੈਸ, ਕਿਉਂਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਪੜ੍ਹੀ ਜਾਂਦੇ ਆ, ਜਦੋਂ ਕਿ ਇਮਤਿਹਾਨ ਤੁਹਾਡੀ ਰਾਈਟਿੰਗ ਦਾ, ਐਗਜ਼ਾਮੀਨਰ ਦੇ ਸਾਹਮਣੇ ਤੁਹਾਡੀ ਆਨਸਰ ਬੁੱਕ ਹੋਏਗੀ, ਆਨਸਰ ਬੁੱਕ ਦੇ ਵਿੱਚ ਤੁਸੀਂ ਲਿਖਿਆ ਹੋਏਗਾ, ਉਹ ਲਿਖੇ ਦੇ ਬੇਸਿਸ 'ਤੇ ਮਿਲਣਗੇ। ਜਿਹੜਾ ਤੁਸੀਂ ਪੜ੍ਹਦੇ ਹੋ ਨਾ ਉਹ 18 ਘੰਟੇ ਯਾਦ ਰਹਿੰਦਾ, 18 ਘੰਟੇ ਬਾਅਦ ਪੜ੍ਹਿਆ ਹੋਇਆ ਜਿਹੜਾ ਨਾ ਉਹ ਫੇਲ ਹੋ ਜਾਂਦਾ ਹੈਗਾ, ਭੁੱਲ ਜਾਂਦਾ ਹੈਗਾ। ਫਿਰ ਮੈਂ ਆਪਣਾ ਸ਼ੌਕ ਪੂਰਾ ਕੀਤਾ, ਐਵੇਂ ਫਿਲੋਸਫੀ ਕਰ ਦਿੱਤਾ। ਐਵੇਂ ਫਿਲੋਸਫੀ ਦੇ ਵਿੱਚ ਵੀ ਇਹੀ ਫਾਰਮੂਲਾ ਵਰਤਿਆ ਕਿ ਰਾਈਟਿੰਗ ਦੇ ਨਾਲ ਜਿਹੜੀ ਹੈਗੀ ਆ ਉਹ ਕੀਤਾ ਜਾਵੇ। ਐਵੇਂ ਫਿਲੋਸਫੀ ਦੇ ਵਿੱਚ ਵੀ ਮੈਂ ਫਸਟ ਆਇਆ ਉਸੇ ਫਾਰਮੂਲੇ ਨੂੰ ਵਰਤ ਕੇ। ਉਸ ਵੇਲੇ ਐਮ ਸਾਈਕੋਲੋਜੀ ਵੱਖਰਾ ਸਬਜੈਕਟ ਨਹੀਂ ਸੀ ਹੁੰਦਾ, ਐਮ ਫਿਲੋਸਫੀ ਦੇ ਵਿੱਚ ਹੀ ਉਹ ਪਾਰਟ ਸੀ, ਅਤੇ ਉਹ ਐਮ ਸਾਈਕੋਲੋਜੀ ਜਿਹੜੀ ਸੀਗੀ ਉਹ ਵੀ ਉਸ ਦੇ ਵਿੱਚ ਕਵਰ ਜਿਹੜੀ ਸੀ ਉਹ ਹੋ ਗਈ। ਅਤੇ ਫਿਰ ਸਾਹਿਤ ਅਕਾਦਮੀ ਲੁਧਿਆਣਾ ਦਾ ਮੈਗਜ਼ੀਨ ਸੀ ਆਲੋਚਨਾ, ਉਹਦੇ ਵਿੱਚ ਪ੍ਰੋਫੈਸਰ ਕ੍ਰਿਸ਼ਨ ਸਿੰਘ ਦਾ ਇੱਕ ਲੇਖ ਸੀ ਯਥਾਰਥਵਾਦ, ਉਹ ਮੈਂ ਪੜ੍ਹਿਆ ਅਤੇ ਉਹ ਲੇਖ ਮੈਨੂੰ ਬਹੁਤ ਚੰਗਾ ਲੱਗਿਆ, ਪ੍ਰਭਾਵਿਤ ਕੀਤਾ ਉਸਨੇ। ਮੈਂ ਲੈਕਚਰਰ ਇੰਗਲਿਸ਼ ਦਾ ਸੀ ਅਤੇ ਮੈਂ ਸੋਚਿਆ ਵੀ ਐਮ ਪੰਜਾਬੀ ਵੀ ਕੀਤੀ ਜਾ ਸਕਦੀ ਹੈਗੀ ਹੈ। ਅਤੇ 20 ਮਾਰਚ ਨੂੰ ਮੈਂ ਫੀਸ ਭੇਜੀ, ਦੈਟ ਵਾਜ ਦੀ ਲਾਸਟ ਡੇ ਫਾਰ ਸੈਂਡਿੰਗ ਦਾ ਫੀ ਵਿਦ ਲਿਟ ਫੀ। ਅਤੇ 18-19 ਅਪ੍ਰੈਲ ਨੂੰ ਇਮਤਿਹਾਨ ਸੀ, ਇਮਤਿਹਾਨ ਮੈਂ ਦਿੱਤਾ। ਉਹ ਜਿਹੜਾ ਪ੍ਰੋਫੈਸਰ ਕ੍ਰਿਸ਼ਨ ਸਿੰਘ ਦਾ ਲੇਖ ਸੀ ਉਸਨੂੰ ਮੈਂ 2-3 ਵਾਰੀ ਪੜ੍ਹਿਆ, ਉਸੇ ਨੂੰ ਮੈਂ ਲਿਖਿਆ ਉਹਦੇ ਵਿੱਚ, ਉਸੇ ਨੂੰ ਲਿਖਿਆ ਉਸ ਦੇ ਬੇਸਿਸ 'ਤੇ ਮੈਂ ਉਸਦੇ ਵਿੱਚ ਐਮ ਪੰਜਾਬੀ ਦੇ ਵਿੱਚ ਵੀ ਜਿਹੜਾ ਸੀ ਫਸਟ ਆ ਗਿਆ। ਉਸ ਤੋਂ ਬਾਅਦ ਮੇਰੀ ਵਾਈਫ ਜਿਹੜੀ ਸੀ ਉਹ ਯੂਨੀਵਰਸਿਟੀ ਦੇ ਵਿੱਚ ਸੀ, ਮੇਰਾ ਵਿਆਹ ਹੋ ਗਿਆ। ਇੱਕ ਟਰਨਿੰਗ ਪੁਆਇੰਟ ਇਹ ਸੀ ਕਿ ਮੈਂ ਅਖਬਾਰ ਦੇ ਵਿੱਚ ਕੰਮ ਕੀਤਾ। ਦੂਜਾ ਟਰਨਿੰਗ ਪੁਆਇੰਟ ਇਹ ਸੀ ਕਿ ਜਦੋਂ ਮੈਂ BA ਕੀਤੀ ਉਸ ਵੇਲੇ ਯੂਨੀਵਰਸਿਟੀ ਖੁੱਲ੍ਹ ਗਈ ਅਤੇ ਯੂਨੀਵਰਸਿਟੀ ਦੇ ਵਿੱਚ ਮੈਨੂੰ MA ਕਰਨ ਦਾ ਮੌਕਾ ਮਿਲਿਆ। MA ਜਿਹੜੀ ਆ ਹਮੇਸ਼ਾ ਯੂਨੀਵਰਸਿਟੀ ਵਿੱਚ ਕਰਨੀ ਚਾਹੀਦੀ ਹੈਗੀ ਹੈ, ਯੂਨੀਵਰਸਿਟੀ ਦੇ ਵਿੱਚ ਅਤੇ ਕਾਲਜ ਦੇ ਵਿੱਚ ਫਰਕ ਹੁੰਦਾ ਹੈਗਾ। ਸੋ ਇੱਕ ਤਾਂ ਉਹਦਾ ਜਿਹੜਾ ਸਕੋਪ ਹੈ ਨਾ, ਉਸਦੀ ਜਿਹੜੀ ਪਰਸਪੈਕਟਿਵ ਹੈ ਉਹ ਵੱਡਾ ਹੁੰਦਾ। ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਚਾਹੀਦਾ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਹੜੀਆਂ ਆਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀਜ਼ ਹਨ ਇਹਨਾਂ ਦੇ ਵਿੱਚ ਇਮਤਿਹਾਨ ਨਹੀਂ ਹੁੰਦਾ। ਇਹਨਾਂ ਦੇ ਵਿੱਚ ਦਾਖਲ ਹੋਣ ਵਾਲੇ ਨੇ 2 ਸਾਲ ਜਾਂ 3 ਸਾਲ ਉੱਥੇ ਰਹਿਣਾ ਹੁੰਦਾ। ਉੱਥੇ ਰਹਿਣ ਨਾਲ ਹੀ ਉਸਦੀ ਜਿਹੜੀ ਹੈ ਨਾ ਗਰੂਮਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈ ਅਤੇ ਉਹੀ ਸਾਰੀ ਜ਼ਿੰਦਗੀ ਉਸ ਉੱਤੇ ਅਸਰ ਪਾਉਂਦੀ ਹੈ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਇਹ ਮਸ਼ਹੂਰ ਸੀ ਕਿ ਜਿਹੜਾ ਆਕਸਫੋਰਡ ਜਾਂ ਕੈਂਬਰਿਜ ਦਾ ਪੜ੍ਹਿਆ ਲਿਖਿਆ ਹੋਏਗਾ ਉਹ ਦੁਨੀਆਂ ਦਾ ਹਰ ਕੰਮ ਕਰ ਸਕਦਾ। ਇਸ ਕਰਕੇ ਜਿਹੜਾ ਉੱਥੋਂ ਪੜ੍ਹਿਆ ਹੋਇਆ ਸੀ ਉਸ ਨੂੰ ਈਸਟ ਇੰਡੀਆ ਕੰਪਨੀ ਵਾਲੇ ਹਿੰਦੁਸਤਾਨ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜੀ ਸੀ ਉਹ ਭੇਜਦੇ ਹੁੰਦੇ ਸੀ ਅਤੇ ਉਹਨਾਂ ਨੇ ਅੰਗਰੇਜ਼ੀ ਰਾਜ ਦਾ ਜਿਹੜਾ ਪ੍ਰਭਾਵ ਸੀ ਉਹ ਦੁਨੀਆਂ ਦੇ ਵਿੱਚ ਫੈਲਾਇਆ। ਇਹਨਾਂ ਦੋ ਯੂਨੀਵਰਸਿਟੀਆਂ ਦਾ ਇਹ ਯੋਗਦਾਨ ਸੀ। ਮੈਂ ਆਪ ਵੀ ਮਹਿਸੂਸ ਕਰਦਾ ਹਾਂ ਕਿ ਸਾਡੀਆਂ ਯੂਨੀਵਰਸਿਟੀਆਂ ਜੇ ਉਸ ਪੱਧਰ ਦੀਆਂ ਨਹੀਂ ਹੋਈਆਂ ਹੈ ਕਿ ਇਹਦੇ ਵਿੱਚ ਵਿਚਰਨ ਦੇ ਬੇਸਿਸ ਉੱਤੇ ਹੀ ਕਿਸੇ ਨੂੰ ਡਿਗਰੀ ਮਿਲ ਜਾਣੀ ਚਾਹੀਦੀ ਹੈ ਤਾਂ ਕਿ ਉਹ ਉਸ ਐਟਮੋਸਫੀਅਰ ਦੇ ਵਿੱਚ ਰਹੇ। ਆਕਸਫੋਰਡ ਯੂਨੀਵਰਸਿਟੀ ਮੈਂ ਦੇਖੀ ਹੋਈ ਹੈ, ਉਹਦੇ ਵਿੱਚ ਇੱਕ ਸਕੋਲਰਸ ਪਾਰਕ ਹੈ, ਉਹਦੇ ਵਿੱਚ ਖਾਸ ਕਿਸਮ ਦੇ ਵਿਦਿਆਰਥੀ ਜਿਹੜੇ ਹਨ ਉਹਨਾਂ ਨੂੰ ਉਸ ਪਾਰਕ ਦੇ ਵਿੱਚ ਜਾਣ ਦੀ ਆਗਿਆ ਹੈ, ਉਸ ਪਾਰਕ ਦੇ ਵਿੱਚ ਪੜ੍ਹਨ ਦੀ ਆਗਿਆ ਹੈ। ਉਸ ਪਾਰਕ ਦੇ ਵਿੱਚ ਪੜ੍ਹਨ ਦੀ ਆਗਿਆ ਨੂੰ ਲੈਣਾ ਜਾਂ ਮਾਣਨਾ ਜਿਹੜਾ ਸੀਗਾ ਉਹ ਉੱਥੋਂ ਦੇ ਸਟੂਡੈਂਟਸ ਦਾ ਬੜਾ ਵੱਡਾ ਸੁਪਨਾ ਹੁੰਦਾ ਜਿਹੜਾ ਕਿ ਉਹ ਪੂਰਾ ਕਰਦੇ ਹਨ। 48 ਜਮਾਤਾਂ ਪਾਸ ਦੇ ਸੰਦਰਭ ਦੇ ਵਿੱਚ ਇੱਕ ਬੰਦਾ ਆਪਣੀ 8ਵੀਂ ਪਾਸ ਲੜਕੀ ਕਾਲਜ ਵਿੱਚ ਲੈ ਆਇਆ ਅਤੇ ਮੈਨੂੰ ਮਿਲ ਕੇ ਕਹਿੰਦਾ ਜੀ ਇਸ ਦਾ ਮੈਂ ਤੁਹਾਡੇ ਨਾਲ ਵਿਆਹ ਕਰਨਾ, ਇਹ ਤੁਹਾਡੀ ਸੇਵਾ ਬਹੁਤ ਕਰੂਗੀ। ਮੈਂ ਕਿਹਾ ਭਾਈ ਮੈਂ ਨਹੀਂ ਵਿਆਹ ਕਰ ਕਹਿਣ ਤੋਂ ਪਾ ਕੇ ਉਹ ਲੋਕ ਜਿਹੜੇ ਸੀ ਇਤਨੇ ਭੋਲੇ, ਇਤਨੇ ਭੋਲੇ ਕਹਿ ਲਓ ਜਾਂ ਮੁਰਖ ਕਹਿ ਲਓ, ਉਹ ਸੀ ਉਸ ਸੰਬੰਧ ਦੇ ਵਿੱਚ ਇਹ ਤਜਰਬਾ ਹੋਇਆ। ਯੂਨੀਵਰਸਿਟੀ ਦੇ ਵਿੱਚ ਮੈਂ ਜਦੋਂ ਆਇਆ ਤਾਂ ਮੇਰੀ ਵਾਈਫ ਜਿਹੜੀ ਸੀ ਉਹ ਆਪਣਾ ਲੈਕਚਰ ਇੰਗਲਿਸ਼ ਡਿਪਾਰਟਮੈਂਟ ਦੇ ਵਿੱਚ ਸੀ, ਉਹ ਆਪਣਾ ਅਗਲੇ ਦਿਨ ਦਾ ਲੈਕਚਰ ਯੂਨੀਵਰਸਿਟੀ ਵਿੱਚ ਹੀ ਤਿਆਰ ਕਰਕੇ ਘਰ ਆਉਂਦੀ ਹੁੰਦੀ ਸੀ।
ਤੇ ਮੇਰਾ ਪਹਿਲਾ ਤੇ ਦੂਜਾ ਪੀਰੀਅਡ ਹੀ ਹੁੰਦਾ ਸੀ। ਸਾਰੀ ਜ਼ਿੰਦਗੀ ਪਹਿਲਾ ਤੇ ਦੂਜਾ ਪੀਰੀਅਡ ਹੀ ਰਿਹਾ। ਇੱਕ ਇਹ ਵੀ ਕਾਰਨ ਸੀ ਕਿ ਮੈਨੂੰ ਛੁੱਟੀ ਲੈਣ ਦੀ ਲੋੜ ਨਹੀਂ ਪਈ, ਕਿਉਂਕਿ ਮੈਂ 11 ਵਜੇ ਵਿਹਲਾ ਹੀ ਹੋ ਜਾਂਦਾ ਸੀਗਾ। ਪਹਿਲੇ ਦੋ ਪੀਰੀਅਡ ਹੀ ਲੱਗਦੇ ਸੀ, ਦੋ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣ ਵਾਲਿਆਂ ਦੇ ਦੋ ਪੀਰੀਅਡ ਹੁੰਦੇ ਹੈਗੇ ਆ। ਸੋ ਇਹ ਇੱਕ ਕਾਰਨ ਸੀ ਕਿ ਛੁੱਟੀ ਨਹੀਂ ਲਈ। ਮੈਂ 11 ਵਜੇ ਵਿਹਲਾ ਹੋ ਜਾਂਦਾ ਸੀ, ਵਾਈਫ ਮੇਰੀ ਜਿਹੜੀ ਸੀ 4 ਵਜੇ ਵਾਪਸ ਆਉਂਦੀ ਸੀ। 2 ਵਜੇ ਸਾਡੀ ਮੈਡਮ ਸੀ ਇੱਕ ਫਰੈਂਚ ਦੀ, ਉਹ ਫਰੈਂਚ ਲੇਡੀ ਸੀ, ਸਾਡੇ ਪ੍ਰੋਫੈਸਰ ਦੀ ਵਾਈਫ ਸੀ ਜਿਹੜਾ ਫਰਾਂਸ ਗਿਆ ਸੀ ਅਤੇ ਉਸ ਨਾਲ ਉਹ ਵਿਆਹ ਕਰਵਾ ਕੇ ਆਇਆ ਸੀ, ਉਹ ਸਾਨੂੰ ਫਰੈਂਚ ਪੜ੍ਹਾਉਂਦੀ ਸੀ। ਅਤੇ ਮੈਂ ਫਰਾਂਸ ਬਾਰੇ ਪੈਰਿਸ ਬਾਰੇ ਸੁਣਿਆ ਹੋਇਆ ਸੀ, ਮੇਰੇ ਮਨ 'ਚ ਬੜੀ ਰੀਝ ਸੀ ਕਿ ਮੈਂ ਪੈਰਿਸ ਜਾ ਕੇ ਆਵਾਂ। ਇਸ ਵਾਸਤੇ ਮੈਂ ਫਰੈਂਚ ਦਾ ਡਿਪਲੋਮਾ ਕੀਤਾ, ਮੇਰੀ ਬੇਟੀ ਨੇ ਵੀ ਕੀਤਾ। ਅਤੇ ਮੈਨੂੰ ਉਸ ਤੋਂ ਬਾਅਦ 15 ਸਾਲ ਲੱਗ ਗਏ ਪੈਰਿਸ ਜਾਣ ਦੇ ਵਿੱਚ, ਪਰ ਪੈਰਿਸ ਮੈਂ ਗਿਆ, 2-3 ਵਾਰੀ ਗਿਆ। ਪਹਿਲੀ ਵਾਰੀ ਗਿਆ ਤਾਂ ਪੈਰਿਸ ਬੜਾ ਸੋਹਣਾ, ਚੰਗਾ, ਦੇਖਣ ਨੂੰ ਪ੍ਰਭਾਵਿਤ ਕਰਦਾ ਹੈ। ਉੱਥੋਂ ਦੇ ਹਰ ਚੀਜ਼ ਦੇ ਵਿੱਚ ਸਲੀਕਾ ਹੈ, ਹਰ ਚੀਜ਼ ਦੇ ਵਿੱਚ। ਉੱਥੇ ਚੌਕ ਦੇ ਵਿੱਚ ਇੰਨੇ ਸੋਹਣੇ ਬੁੱਤ ਲੱਗੇ ਹੋਏ ਹਨ ਕਿ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਨਾਲ ਹੀ ਟੁਰ ਪੈਣਗੇ, ਇੰਨੇ ਸੋਹਣੇ ਹਨ। ਉੱਥੇ ਇੰਗਲੈਂਡ ਦੇ ਭੋਜਨ ਨੂੰ ਤੁਸੀਂ ਖਾ ਨਹੀਂ ਸਕਦੇ ਹਾਂ, ਅਮਰੀਕਾ ਦਾ ਭੋਜਨ ਹਿੰਦੁਸਤਾਨੀਆਂ ਨੂੰ ਸਵਾਦ ਨਹੀਂ ਲੱਗਦਾ ਹੈ, ਜਰਮਨ ਭੋਜਨ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਹੜਾ ਤੁਸੀਂ ਮਾਣ ਸਕੋ, ਪਰੰਤੂ ਫਰੈਂਚ ਕੁਜ਼ੀਨ ਜਿਹੜੀ ਹੈਗੀ ਹੈ, ਜਿਹੜੀ ਉਹਨਾਂ ਦੀ ਰਿੰਨਣ ਪਕਾਉਣ ਦੀ ਕਲਾ ਹੈਗੀ ਹੈ, ਉਹ ਦੁਨੀਆ ਭਰ ਦੇ ਵਿੱਚ ਮਸ਼ਹੂਰ। ਫਰਾਂਸ ਇਜ਼ ਦੀ ਓਨਲੀ ਕੰਟਰੀ ਇਨ ਦੀ ਵਰਲਡ ਵੇਅਰ ਦੀ ਨੰਬਰ ਆਫ ਵਿਜ਼ਿਟਰਸ ਐਵਰੀ ਈਅਰ ਇਜ਼ ਮੋਰ ਦੈਨ ਦੀ ਟੋਟਲ ਪਾਪੂਲੇਸ਼ਨ ਆਫ ਦੀ ਕੰਟਰੀ। ਫਰਾਂਸ ਦੀ ਪਾਪੂਲੇਸ਼ਨ 8 ਕਰੋੜ ਹੈ, ਪਰੰਤੂ ਹਰ ਸਾਲ 10 ਕਰੋੜ ਸੈਲਾਨੀ ਆਉਂਦੇ। ਦੇਖੋ, ਸੈਕਿੰਡ ਵਰਲਡ ਵਾਰ ਦੇ ਵਿੱਚ ਜਰਮਨਾਂ ਨੇ ਫਰਾਂਸ ਉੱਤੇ ਕਬਜ਼ਾ ਕਰ ਲਿਆ ਅਤੇ ਇੱਕ ਜਰਨੈਲ ਸੀ, ਉਸਨੇ ਅਗਲੇ ਦਿਨ ਪੈਰਿਸ ਨੂੰ ਤਬਾਹ ਕਰਨਾ ਸੀ ਅਤੇ ਉਸਦੀ ਪਹਿਲੀ ਸ਼ਾਮ ਨੂੰ ਜਿਹੜਾ ਫਰਾਂਸ ਦਾ ਕਲਚਰਲ ਮਿਨਿਸਟਰ ਸੀ ਉਹ ਉਸ ਜਰਨੈਲ ਨੂੰ ਮਿਲਿਆ। ਉਸ ਜਰਨੈਲ ਨੂੰ ਮਿਲ ਕੇ ਉਸਨੇ ਕਿਹਾ ਕਿ ਤੁਸੀਂ ਪੈਰਿਸ ਨੂੰ ਤਬਾਹ ਨਾ ਕਰੋ, ਅਤੇ ਉਸਨੇ ਕਿਹਾ ਕਿਉਂ? ਉਹ ਕਹਿੰਦਾ ਪੈਰਿਸ ਫੇਰ ਬਣ ਜਾਏਗਾ, ਇਸ ਨਾਲ ਵੀ ਸੋਹਣਾ ਬਣ ਜਾਏਗਾ, ਪਰ ਜੇ ਤੁਸੀਂ ਤਬਾਹ ਨਹੀਂ ਕਰੋਗੇ, ਤੁਸੀਂ ਜਦੋਂ ਵੀ ਪੈਰਿਸ ਆਓਗੇ ਤੁਹਾਨੂੰ ਇਸ ਗੱਲ ਦਾ ਮਾਣ ਹੋਏਗਾ ਕਿ ਇਸ ਪੈਰਿਸ ਨੂੰ ਤਬਾਹ ਨਾ ਕਰਨ ਦਾ ਫੈਸਲਾ ਤੁਸੀਂ ਕੀਤਾ ਸੀ। ਉਹ ਉਸਦੇ ਆਰਗੂਮੈਂਟ ਨੂੰ ਮੰਨ ਕੇ, ਸੁਣ ਕੇ ਉਸਨੇ ਪੈਰਿਸ ਨੂੰ ਜਿਹੜਾ ਸੀ ਉਹ ਤਬਾਹ ਨਹੀਂ ਸੀ ਕੀਤਾ। ਪੈਰਿਸ ਦੇ ਵਿੱਚ ਜਿਹੜੀਆਂ ਸੜਕਾਂ ਹਨ ਉਹਨਾਂ 'ਤੇ ਇੰਨੇ ਖੂਬਸੂਰਤ ਦਰਖਤ ਲੱਗੇ ਹੋਏ ਹਨ ਕਿ ਲੋਕ ਆਮ ਤੌਰ 'ਤੇ ਹੁੰਦਾ ਨਾ ਸਪੀਡ ਲਿਮਿਟ ਲਿਖਣੀ ਪੈਂਦੀ ਹੈ, ਉੱਥੇ ਲਿਖਣਾ ਪੈਂਦਾ ਤੇਜ਼ ਚਲਾਓ, ਤੇਜ਼ ਚਲਾਓ। ਲੋਕ ਜਿਹੜੇ ਹਨ ਉਹਨਾਂ ਦਰਖਤਾਂ ਨੂੰ ਵੇਖਣ ਵਾਸਤੇ, ਫੁੱਲਾਂ ਨੂੰ ਮਾਣਨ ਵਾਸਤੇ ਉਹ ਆਪਣੀਆਂ ਕਾਰਾਂ ਜਿਹੜੀਆਂ ਹਨ ਉਹ ਹੌਲੀ ਕਰ ਲੈਂਦੇ ਹਨ। ਉੱਥੇ ਜੋ ਕੁਝ ਵੀ ਵਾਪਰਦਾ ਹੈ, ਮੈਨੂੰ ਪੈਰਿਸ ਬਹੁਤ ਚੰਗਾ ਲੱਗਦਾ। ਦੁਨੀਆ ਦੇ 40 ਮੁਲਕ ਘੁੰਮਿਆ ਹੋਇਆ, ਪਰੰਤੂ ਪੈਰਿਸ ਜਿਹੜਾ ਹੈ ਉਹ ਅਜੇ ਵੀ ਦੁਨੀਆ ਦਾ ਕੋਈ ਇੱਕ ਸ਼ਹਿਰ ਜਿਹੜਾ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਯਾਦਗਾਰੀ ਐਕਸਪੀਰੀਅੰਸ ਦੇ ਸਕਦਾ ਹੈ, ਉਹ ਪੈਰਿਸ ਹੈ। ਦੁਨੀਆ ਦਾ ਪਹਿਲਾ ਸ਼ਹਿਰ ਜਿਸ ਦੀ ਆਬਾਦੀ 10 ਲੱਖ ਹੋਈ ਉਹ ਰੋਮ ਸੀ। ਹੋਰ ਵੀ ਸ਼ਹਿਰ ਹਨ ਬੜੇ ਸੋਹਣੇ। ਕੰਟਰੀ ਦੇ ਤੌਰ 'ਤੇ ਸਵਿਟਜ਼ਰਲੈਂਡ ਇਜ਼ ਨੰਬਰ 1, ਸਵਿਟਜ਼ਰਲੈਂਡ ਜਿਹੜਾ ਹੈ। ਬੈਲਜੀਅਮ ਬੜਾ ਸੋਹਣਾ ਹੈ, ਆਸਟਰੀਆ ਬੜਾ ਸੋਹਣਾ ਹੈ, ਇਹ ਸਾਰੇ ਬੜੇ ਸੋਹਣੇ ਹਨ, ਛੋਟੇ ਮੁਲਕ ਹਨ, ਪਰੰਤੂ ਜਿਹੜਾ ਫਰਾਂਸ ਹੈ ਉਹ ਬੜਾ ਆਪਣੇ ਆਪ ਦੇ ਵਿੱਚ ਪ੍ਰਭਾਵਸ਼ਾਲੀ ਦੇਸ਼ ਹੈ। ਅਤੇ ਫਰਾਂਸ ਦੀ ਦੇਣ ਇਹ ਹੈ ਦੁਨੀਆ ਨੂੰ ਕਿ ਇਹ ਲੋਕਾਂ ਦੀਆਂ ਉਹ ਲੋੜਾਂ ਇੱਛਾਵਾਂ ਪੂਰੀਆਂ ਕਰਦਾ ਹੈ ਜਿਹੜੀਆਂ ਰੋਟੀ ਪਾਣੀ ਦੀ ਸਮੱਸਿਆ ਹੱਲ ਕਰਨ ਤੋਂ ਬਾਅਦ ਪੈਦਾ ਹੁੰਦੀ ਹੈ। ਫਰਾਂਸ ਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਉਹ ਪਤਨੀ ਬਣਨ ਨਾਲੋਂ ਪ੍ਰੇਮਿਕਾ ਬਣਨ ਨੂੰ ਪ੍ਰੈਫਰੈਂਸ ਦਿੰਦੀਆਂ ਹੈਗੀਆਂ। ਅਤੇ ਉੱਥੇ ਕੋਈ ਬੱਚਾ ਹੀ ਹੁੰਦਾ ਜਿਹੜਾ ਪਤੀ ਪਤਨੀ ਦੇ ਸੰਬੰਧਾਂ ਦੇ ਵਿੱਚੋਂ ਹੁੰਦਾ। ਬਹੁਤੇ ਬੱਚੇ ਜਿਹੜੇ ਹਨ ਉਹ ਪ੍ਰੇਮ ਦੀ ਔਲਾਦ ਹੁੰਦੇ ਹਨ, ਪਿਆਰ ਦੀ ਔਲਾਦ ਹੁੰਦੇ ਹਨ। ਅਤੇ ਉੱਥੇ ਅਜਿਹੇ ਬੱਚੇ ਬਾਰੇ ਕਿਹਾ ਜਾਂਦਾ ਕਿ ਇਹ ਹੀ ਇਜ਼ ਬੋਰਨ ਆਊਟ ਆਫ ਵੈਡਿੰਗ, ਇਹ ਵਿਆਹੇ ਹੋਏ ਰਿਸ਼ਤੇ ਦੇ ਵਿੱਚੋਂ ਪੈਦਾ ਹੋਇਆ ਹੈਗਾ। ਅਸੀਂ ਹਿੰਦੁਸਤਾਨੀ ਜਿਹੜੇ ਨਾ ਇਸ ਗੱਲ ਨੂੰ ਸਮਝ ਹੀ ਨਹੀਂ ਸਕਦੇ। ਇੱਥੇ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਤਾਂ ਉਹ ਲੜਕਾ ਅਤੇ ਲੜਕੀ ਦੋਵੇਂ ਜਿਹੜੇ ਹਨ ਨਾ ਜਲਦੀ ਤੋਂ ਜਲਦੀ ਪਤੀ ਪਤਨੀ ਬਣਨ 'ਤੇ ਜਿਹੜਾ ਹੈ ਨਾ ਉਹ ਜ਼ਿੱਦ ਕਰਨ ਲੱਗ ਪੈਂਦੇ ਹਨ। ਉੱਥੇ ਇਸ ਤੋਂ ਉਲਟ ਹੈ। ਸਾਰਥ ਅਤੇ ਬੋਵੀਅਤ ਜਿਹੜੀ ਹੈਗੀ ਉਹਨਾਂ ਦੀ ਜੋੜੀ ਜਿਹੜੀ ਸੀਗੀ ਉਹ 50 ਸਾਲ ਇਕੱਠੇ ਰਹੇ, ਪਰੰਤੂ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ। ਉਹ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਰਹੇ,
ਉੱਥੇ ਇੱਕ ਖਾਸ ਕਿਸਮ ਦੀ ਜਿਹਨੂੰ ਕਹਿੰਦੇ ਨਾ ਬਹੁਤੀਆਂ ਚੀਜ਼ਾਂ ਦੀ ਖਿੱਚ ਜਿਹੜੀ ਹੈ ਨਾ ਉਹ ਉਹਨਾਂ ਉੱਤੇ ਲੱਗੀ ਹੋਈ ਪਾਬੰਦੀ ਦੇ ਕਾਰਨ ਹੁੰਦੀ ਹੈ, ਰੈਸਟ੍ਰਿਕਸ਼ਨਸ ਦੇ ਕਾਰਨ ਹੁੰਦੀ ਹੈ, ਕਿਉਂਕਿ ਉੱਥੇ ਇਸ ਕਿਸਮ ਦੀ ਕੋਈ ਰੈਸਟ੍ਰਿਕਸ਼ਨ ਹੈ ਨਹੀਂ, ਇਸ ਕਰਕੇ ਉੱਥੇ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਹੀ ਨਹੀਂ ਦਿੱਤਾ ਜਾਂਦਾ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਪੈਰਿਸ ਦੇ ਵਿੱਚ ਜੇਕਰ ਤੁਸੀਂ ਟੁਰੋ ਨਾ 30-35% ਲੋਕ ਜਿਹੜੇ ਹਨ ਆਪਣਾ ਸਿਰ ਨੀਵਾਂ ਕਰਕੇ ਬਾਜ਼ਾਰ ਦੇ ਵਿੱਚੋਂ ਲੰਘ ਜਾਣਗੇ, ਉਹ ਤੁਹਾਡੇ ਵੱਲ ਵੇਖਦੇ ਹੀ ਨਹੀਂ। ਮਤਲਬ ਉਹ ਇਤਨੇ ਸੰਤੁਸ਼ਟ ਹਨ, ਉਹ ਕੁਝ ਨਵਾਂ ਕਰਨ ਦੀ ਜਿਹੜੀ ਹੈ ਇੱਛਾ ਉਹਨਾਂ ਦੀ, ਉਹਦੇ ਵਿੱਚ ਉਹ ਦਿਲਚਸਪੀ ਲੈਂਦੇ ਹਨ। ਜਿਨ੍ਹਾਂ ਲੇਖਕਾਂ ਨੇ ਮੈਨੂੰ ਪ੍ਰਭਾਵਿਤ ਕੀਤਾ, ਇੱਕ ਕਾਰਨ ਇਹ ਸੀ ਕਿ ਮੈਂ ਪੜ੍ਹਿਆ ਸੀ ਕਿ ਚੀਨ ਦੇ ਵਿੱਚ 40 ਸਾਲ ਤੋਂ ਪਹਿਲਾਂ ਕਿਸੇ ਨੂੰ ਕਿਤਾਬ ਛਾਪਣ ਦੀ ਆਗਿਆ ਨਹੀਂ ਸੀ ਹੁੰਦੀ, ਤੇ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਉਸ ਵੇਲੇ ਮੇਰੀ ਉਮਰ ਕਵਿਤਾ ਲਿਖਣ ਦੀ ਉਮਰ ਤੋਂ ਲੰਘ ਚੁੱਕੀ ਸੀ। ਮੇਰੀ ਮਾਂ ਕਿਹਾ ਕਰਦੀ ਸੀ ਕਿ ਔਖਾ ਕੰਮ ਕਰੋ, ਸੌਖੇ ਕੰਮ ਕਰਨ ਵਾਲੇ ਬਹੁਤ ਹੈ। ਮੈਂ ਜਦੋਂ ਐਵੇਂ ਪੰਜਾਬੀ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਪਾਰਟ 2 ਦੇ ਵਿੱਚ ਜਿਹੜਾ ਵਾਰਤਕ ਦਾ ਪੇਪਰ ਸੀ ਉਸ ਨੂੰ ਨਾ ਕੋਈ ਪੜ੍ਹਨ ਵਾਸਤੇ ਤਿਆਰ ਸੀ ਅਤੇ ਨਾ ਕੋਈ ਪੜ੍ਹਾਉਣ ਵਾਸਤੇ ਤਿਆਰ ਸੀ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪੇਪਰ ਮੈਨੂੰ ਦੇ ਦਿਓ। ਉਸ ਪੇਪਰ ਦੇ ਵਿੱਚ ਮੈਂ ਵੇਖਿਆ ਕਿ ਬਹੁਤਾ ਜੋ ਕੁਝ ਲਿਖਿਆ ਗਿਆ ਸੀ ਜਾਂ ਜੋ ਕੁਝ ਪੜ੍ਹਾਇਆ ਜਾ ਰਿਹਾ ਸੀ ਉਹ ਧਰਮ ਦੇ ਪ੍ਰਭਾਵ ਅਧੀਨ ਸੀ। ਉਸ ਵੇਲੇ ਜਿੰਨੇ ਸੈਮੀਨਾਰ ਵਗੈਰਾ ਹੁੰਦੇ ਸੀ ਉਹਦੇ ਵਿੱਚ ਕਿਹਾ ਜਾਂਦਾ ਸੀ ਕਿ ਨਵੀਂ ਕਿਸਮ ਦੀ ਵਾਰਤਕ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਉਸ ਵੇਲੇ ਮੈਨੂੰ ਆਪ ਖਿਆਲ ਆਇਆ ਵੀ ਅਸੀਂ ਕਹੀ ਜਾਂਦੇ ਹੈਗੇ ਹਾਂ ਅਤੇ ਕੌਣ ਕਰੇਗਾ ਪੈਦਾ, ਅਤੇ ਮੈਂ ਮਹਿਸੂਸ ਕੀਤਾ ਕਿ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ, ਕਰਦੇ ਹਾਂ। ਅਤੇ ਉਸ ਵੇਲੇ ਕਿਉਂਕਿ ਇੱਕ ਤਾਂ ਮੈਂ ਇਮਤਿਹਾਨ ਕਈ ਪਾਸ ਕੀਤੇ ਹੋਏ ਸੀ, ਫਰੈਂਚ ਦਾ ਡਿਪਲੋਮਾ ਕੀਤਾ ਹੋਇਆ ਸੀ, ਜਰਨਲਿਜ਼ਮ ਦੀ ਡਿਗਰੀ ਕੀਤੀ ਹੋਈ ਸੀ, LLB ਕੀਤੀ ਹੋਈ ਸੀ ਅਤੇ PhD ਕੀਤੀ ਹੋਈ ਸੀ। ਮੈਂ 34 ਸਾਲ ਦੀ ਉਮਰ ਤੱਕ ਇਮਤਿਹਾਨ ਹੀ ਦਿੰਦਾ ਰਿਹਾ ਕਿਉਂਕਿ ਮੈਨੂੰ ਇਮਤਿਹਾਨ ਦੇਣੇ ਚੰਗੇ ਲੱਗਦੇ ਸੀ ਜਾਂ ਇਮਤਿਹਾਨ ਦੇਣਾ ਦੀ ਮੈਨੂੰ ਤੰਗ ਆਉਂਦਾ ਸੀ। ਫਿਰ ਮੇਰੀ ਵਾਈਫ ਨੇ ਮੈਨੂੰ ਰੋਕਿਆ ਕਿ ਹੋਰ ਇਮਤਿਹਾਨ ਨਹੀਂ ਦੇਣੇ, ਅਤੇ ਮੈਂ ਉਸਦੀ ਗੱਲ ਮੰਨ ਕੇ ਹੋਰ ਇਮਤਿਹਾਨ ਦੇਣੇ ਜਿਹੜੇ ਸੀ ਉਹ ਬੰਦ ਕੀਤੇ। ਮੇਰਾ ਕਹਿਣ ਤਾਂ ਪਾਵੇ ਉਸ ਤੋਂ ਬਾਅਦ ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਉਸ ਵੇਲੇ ਫਿਰ ਪੰਜਾਬੀ ਟ੍ਰਿਬਿਊਨ ਸ਼ੁਰੂ ਹੋ ਗਿਆ ਅਤੇ ਸਾਈਕੋਲੋਜੀ, ਸੋਸ਼ਾਲੋਜੀ, ਫਿਲੋਸਫੀ, ਲਿਟਰੇਚਰ, ਲੈਂਗੁਏਜ ਇਹਨਾਂ ਵਿਸ਼ਿਆਂ ਦੇ ਉੱਤੇ ਮੈਂ ਲਿਖਣਾ ਸ਼ੁਰੂ ਕੀਤਾ। ਲਿਖਣ ਵੇਲੇ ਉਸ ਤੋਂ ਪਹਿਲਾਂ ਮੈਂ ਜਿਹੜੇ ਲੇਖਕਾਂ ਤੋਂ ਪ੍ਰਭਾਵਿਤ ਹੋਇਆ ਉਹਨਾਂ ਦੇ ਵਿੱਚ ਨੰਬਰ 1 'ਤੇ ਫਰਾਂਸ ਦਾ ਐਸੇਇਸਟ ਸੀ ਮੋਨਤੇਨ, ਮੋਨਤੇਨ ਦੀਆਂ ਲਿਖਤਾਂ ਨੇ ਮੈਨੂੰ ਪ੍ਰਭਾਵਿਤ ਕੀਤਾ। ਅਮੈਰੀਕਨ ਰਾਈਟਰ ਸੀ ਐਮਰਸਨ, ਉਸ ਨੇ ਪ੍ਰਭਾਵਿਤ ਕੀਤਾ। ਇੰਗਲਿਸ਼ ਐਸੇਇਸਟ ਸੀ ਬੇਕਨ, ਉਸ ਤੋਂ ਮੈਂ ਪ੍ਰਭਾਵਿਤ ਹੋਇਆ, ਉਹ ਐਵੇਂ ਇੰਗਲਿਸ਼ ਦੇ ਵਿੱਚ ਲੱਗਿਆ ਵੀ ਹੋਇਆ ਸੀ ਸਾਨੂੰ ਉਹ ਪੜ੍ਹਿਆ। ਬੇਕਨ ਦੀ ਜਿਹੜੀ ਰਾਈਟਿੰਗ ਹੈਗੀ ਹੈ, ਪ੍ਰੋਜ ਹੈ, ਉਹ 1.5-1.5 ਪੇਜ ਦੇ ਐਸੇ ਸਨ, ਪਰੰਤੂ ਅਜੇ ਵੀ ਦੁਨੀਆਂ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ, ਬੜੇ ਸੋਲਿਡ ਕਿਸਮ ਦੀ ਉਹਦੇ ਵਿੱਚ ਪੇਸ਼ਕਾਰੀ ਹੈ। ਉਸਦੀ ਪ੍ਰੈਸ ਹੀ ਨਹੀਂ ਕੀਤੀ ਜਾ ਸਕਦੀ, ਮਤਲਬ ਇਤਨੇ ਸੰਯੁਗਤ ਹਨ, ਇਤਨੇ ਔਰਗੇਨਾਈਜ਼ਡ ਹਨ, ਇਤਨੇ ਜਿਸਨੂੰ ਕਹਿੰਦੇ ਨਾ ਨਿੱਗਰ ਹਨ ਕਿ ਉਹਨੂੰ ਹੋਰ ਸੰਖੇਪ ਕੀਤਾ ਨਹੀਂ ਜਾ ਸਕਦਾ। ਪੰਜਾਬੀ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਉਹਨਾਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਸੀ, ਗੁਰਬਖਸ਼ ਸਿੰਘ ਪ੍ਰੀਤਲੜੀ ਸੀ ਅਤੇ ਪ੍ਰਿੰਸੀਪਲ ਤੇਜਾ ਸਿੰਘ ਸੀ। ਇਹ ਵੱਖਰੇ ਵੱਖਰੇ ਕਾਰਨਾਂ ਕਰਕੇ ਇਹਨਾਂ ਨੇ ਮੈਨੂੰ ਪ੍ਰਭਾਵਿਤ ਕੀਤਾ। ਕਾਵਿਕ ਵਾਰਤਕ ਦੇ ਪੱਖੋਂ ਪ੍ਰੋਫੈਸਰ ਪੂਰਨ ਸਿੰਘ ਨੇ ਪ੍ਰਭਾਵਿਤ ਕੀਤਾ। ਨਵੇਂ ਵਿਸ਼ਿਆਂ ਦੇ ਬਾਰੇ ਲਿਖਣ ਦੇ ਪੱਖੋਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪ੍ਰਭਾਵਿਤ ਕੀਤਾ। ਵਾਕ ਬਣਤਰ ਦੇ ਪੱਖੋਂ, ਸ਼ੈਲੀ ਦੇ ਪੱਖੋਂ ਜਿਹੜਾ ਸੀ ਪ੍ਰਿੰਸੀਪਲ ਤੇਜਾ ਸਿੰਘ ਨੇ ਪ੍ਰਭਾਵਿਤ ਕੀਤਾ। ਸੋ ਇਹ ਜਦੋਂ ਲਿਖਣੇ ਸ਼ੁਰੂ ਕੀਤੇ ਤਾਂ ਪੰਜਾਬੀ ਟ੍ਰਿਬਿਊਨ ਸ਼ੁਰੂ ਹੋਈ, ਉਹਨਾਂ ਨੂੰ ਮੈਂ ਲਿਖ ਕੇ ਭੇਜਦਾ ਸੀ, ਛਪ ਜਾਂਦੇ ਸੀ, ਰਿਸਪੋਂਸ ਚੰਗਾ ਸੀ ਅਤੇ ਇਹ ਮੈਂ ਲਿਖਦਾ ਰਿਹਾ ਅਤੇ ਉਹ ਇਹ ਕਰਦਾ ਰਿਹਾ। ਸੋ ਵਿਆਹ ਜਿਹੜਾ ਸੀ ਉਹ ਇੱਕ ਟਰਨਿੰਗ ਪੁਆਇੰਟ ਸੀ। ਚੌਥੀ ਗੱਲ ਇਹ ਸੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਅਰਬਨ ਐਸਟੇਟ ਸੀ, ਉੱਥੇ ਰਹਿਣਾ ਸ਼ੁਰੂ ਕੀਤਾ। ਉਸ ਦਾ ਲਾਭ ਹੋਇਆ, ਮੈਂ ਆਪਣੇ ਲੇਖ ਦੇ ਵਿੱਚ ਵੀ ਲਿਖਿਆ ਹੋਇਆ ਕਿ ਮਕਾਨ ਉੱਥੇ ਪਾਓ ਜਿਹੜਾ ਜਾਂ ਮਾਰਕੀਟ ਦੇ ਨੇੜੇ ਹੋਵੇ ਜਾਂ ਤੁਹਾਡੀ ਪਲੇਸ ਆਫ ਵਰਕ ਦੇ ਨੇੜੇ ਹੋਵੇ। ਬੜਾ ਫਰਕ ਪੈਂਦਾ
ਜਦੋਂ ਤੁਸੀਂ ਕਿਸੇ ਨੂੰ ਦੱਸਦੇ ਹੋ ਕਿ ਤੁਹਾਡਾ ਮਕਾਨ ਯੂਨੀਵਰਸਿਟੀ ਦੇ ਨੇੜੇ ਹੈ ਜਾਂ ਜੇਲ੍ਹ ਦੇ ਨੇੜੇ ਹੈ, ਸੋ ਉਸਦੀ ਲੋਕੇਸ਼ਨ ਜਿਹੜੀ ਹੈ ਉਹ ਚੰਗੀ ਹੋਣੀ ਚਾਹੀਦੀ ਹੈਗੀ ਹੈ। ਅਤੇ ਮੇਰੇ ਬੱਚੇ ਜਿਹੜੇ ਸੀਗੇ ਉਹ ਮੇਰੇ ਘਰ ਟਾਈਪ ਰਾਈਟਰ ਸੀ, ਸਟੈਂਡਰਡ ਟਾਈਪ ਰਾਈਟਰ, ਮੈਂ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦਾ ਸੈਕਟਰੀ ਰਿਹਾ ਸੀ, ਲੈਟਰ ਟਾਈਪ ਮੈਂ ਆਪੇ ਕਰ ਲੈਂਦਾ ਸੀਗਾ, ਇੰਗਲਿਸ਼ ਦੀ ਟਾਈਪ ਰਾਈਟਰ ਸੀ, ਉਹ ਮੇਰੇ ਬੱਚੇ ਜਿਹੜੇ ਸੀ ਸਾਰੇ ਉਸ ਨੂੰ ਸਿੱਖ ਗਏ। ਇੱਕ ਮੈਂ ਹੋਰ ਤਜਰਬਾ ਕੀਤਾ, ਉਹ ਜੇ ਹੋ ਸਕੇ ਅੱਠਵੀਂ ਜਮਾਤ ਤੋਂ ਜਦੋਂ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਸੀਗੀਆਂ ਸਕੂਲਾਂ ਦੇ ਵਿੱਚ 2-2.5 ਮਹੀਨੇ ਦੀਆਂ, ਤਾਂ ਉਹਨਾਂ 2-2.5 ਮਹੀਨਿਆਂ ਦੇ ਵਿੱਚ ਮੈਂ ਉਹਨਾਂ ਨੂੰ ਕੋਈ ਕੰਮ ਸਿਖਾਉਂਦਾ ਹੁੰਦਾ ਸੀ। ਆਪਣੇ ਇੱਕ ਲੜਕੇ ਨੂੰ ਮੈਂ ਤਬਲਾ ਸਿਖਵਾਇਆ, ਬੇਟੀ ਨੂੰ ਜਿਹੜੀ ਸੀ ਸ਼ਾਰਟ ਹੈਂਡ ਸਿਖਵਾਈ, ਤੀਜੇ ਬੇਟੇ ਨੂੰ ਕੈਲੀਗ੍ਰਾਫੀ ਜਿਹੜੀ ਸੀ ਉਹ ਸਿਖਾਈ, ਲੜਕੇ ਨੂੰ ਜਿਹੜੀ ਸੀ ਉਹ ਸਕੇਟਿੰਗ ਜਿਹੜੀ ਹੈ ਉਹ ਸਿਖਾਈ। ਉਹਨਾਂ ਨੂੰ ਉਹਨਾਂ ਛੁੱਟੀਆਂ ਦੇ ਦੌਰਾਨ ਕੁਝ ਨਾ ਕੋਈ ਕਸਬ ਜਿਹੜਾ ਸੀਗਾ ਉਸ ਦੇ ਨਾਲ ਨਾ ਇੱਕ ਪਕੜ ਹੋ ਜਾਂਦੀ ਹੈ। ਮੈਂ ਬੈਂਕ 'ਚ ਕੰਮ ਕੀਤਾ, ਮੈਂ ਹੁਣ ਜਦੋਂ ਕਦੇ ਬੈਂਕ ਜਾਂਦਾ ਹੈਗਾ, ਭਾਵੇਂ 50 ਸਾਲ ਪਹਿਲਾਂ ਕੀਤਾ ਪਰੰਤੂ ਬਹੁਤਾ ਕੁਝ ਨਹੀਂ ਬਦਲਦਾ ਹੁੰਦਾ, ਮੈਂ ਜਦੋਂ ਉਹਨਾਂ ਨੂੰ ਕਹਿੰਦਾ ਕਿ ਮੈਂ ਬੈਂਕ 'ਚ ਕੰਮ ਕੀਤਾ ਹੋਇਆ ਅਤੇ ਉਹ ਮੇਰੀ ਹਰ ਗੱਲ ਜਿਹੜੀ ਹੈ ਉਹ ਪ੍ਰਵਾਨ ਕਰ ਦਿੰਦੇ ਹੈਗੇ। ਜਿਹੜਾ ਕੰਮ ਤੁਸੀਂ ਕਰ ਲੈਂਦੇ ਹੋ ਨਾ ਇੱਕ ਵਾਰੀ, ਮੇਰਾ ਇਹ ਦਾਅਵਾ ਹੈ ਕਿ ਜਿਸ ਬੰਦੇ ਨੇ ਅਖਬਾਰਾਂ ਵੇਚਣ ਦਾ ਕੰਮ ਕੀਤਾ ਉਹ ਸਿੰਸੀਅਰ ਹੋਏਗਾ ਆਪਣੇ ਕੰਮ ਦੇ ਵਿੱਚ, ਅਤੇ ਜਿਸ ਨੇ ਮੱਝਾਂ ਪਾਲੀਆਂ ਹੋਈਆਂ ਉਹ ਹਰ ਔਖਾ ਕੰਮ ਕਰ ਸਕਦਾ, ਕਿਉਂਕਿ ਮੱਝਾਂ ਪਾਲਣ ਨਾਲ ਹੋਰ ਔਖਾ ਕੰਮ ਕੋਈ ਨਹੀਂ ਹੈ। ਸੋ ਇਹ ਕਿਉਂਕਿ ਸਵੇਰੇ ਜਾਗਣਾ ਪੈਂਦਾ, ਅਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਮੇਰੀ ਤਬੀਅਤ ਨਹੀਂ ਹੈਗੀ, ਅੱਜ ਮੈਂ ਸੋਣਾ ਚਾਹੁੰਦਾ, ਨਹੀਂ, ਤੁਹਾਨੂੰ ਜਾਗਣਾ ਪਏਗਾ। ਸੋ ਇਹ ਚੀਜ਼ਾਂ ਜਿਹੜੀਆਂ ਨਾ ਤੁਹਾਡੇ ਵਿੱਚ ਇੱਕ ਇਸ ਕਿਸਮ ਦਾ ਡਿਸਿਪਲਿਨ ਪੈਦਾ ਕਰ ਦਿੰਦੀਆਂ ਹੈਗੀਆਂ ਕਿ ਤੁਸੀਂ ਕਾਮਯਾਬ ਹੀ ਹੁੰਦੇ ਹੋ। ਇੱਕ ਮੈਂ ਮਹਿਸੂਸ ਕੀਤਾ ਹੈ ਕਿ ਯਾਤਰਾ ਜਿਹੜੀ ਹੈ ਉਹ ਐਜੂਕੇਸ਼ਨ ਦਾ ਬਹੁਤ ਵੱਡਾ ਭਾਗ ਹੈ। ਹਿੰਦੁਸਤਾਨ ਘੁੰਮਿਆ, ਹਿੰਦੁਸਤਾਨ ਘੁੰਮਣ ਤੋਂ ਬਾਅਦ ਇੱਛਾ ਪੈਦਾ ਹੋਈ ਕਿ ਵਿਦੇਸ਼ ਵੀ ਜਾਣਾ ਚਾਹੀਦਾ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਨਾ ਇੱਕ ਤੋਂ ਬਾਅਦ ਫਿਰ ਦੂਜੀ ਵਾਪਰਦੀ ਹੈ। ਜੇ ਮਨੁੱਖ ਨੇ ਮਾਊਂਟ ਐਵਰੈਸਟ ਫਤਿਹ ਨਾ ਕੀਤੀ ਹੁੰਦੀ ਤਾਂ ਉਸ ਨੂੰ ਚੰਦਰਮਾ 'ਤੇ ਜਾਣ ਦਾ ਖਿਆਲ ਹੀ ਨਹੀਂ ਸੀ ਆਉਣਾ। ਸੋ ਚੰਦਰਮਾ 'ਤੇ ਜਾਣ ਤੋਂ ਪਹਿਲਾਂ ਮਾਊਂਟ ਐਵਰੈਸਟ ਨੂੰ ਫਤਿਹ ਕਰਨਾ ਜਿਹੜਾ ਸੀ ਉਹ ਜ਼ਰੂਰੀ ਸੀ। ਅਤੇ ਯਾਤਰਾਵਾਂ ਦੇ ਵਿੱਚ ਮੈਂ ਆਮ ਤੌਰ 'ਤੇ ਇਹ ਕਰਦਾ ਸੀ, ਪਹਿਲੀ ਵਾਰੀ ਜਦੋਂ ਮੈਂ ਗਿਆ ਮੈਂ ਜਾਣਾ ਤਾਂ 3 ਦੇਸ਼ਾਂ ਦੇ ਵਿੱਚ ਸੀ, ਕੁਵੈਤ ਜਾਣਾ ਸੀ ਉੱਥੇ ਮੇਰਾ ਸਾਰਾ ਸੀ, ਇੰਗਲੈਂਡ ਜਾਣਾ ਸੀ ਉੱਥੇ ਮੇਰੀ ਵਾਈਫ ਦਾ ਮਾਮਾ ਰਹਿੰਦਾ ਸੀ, ਅਤੇ ਅਮੈਰੀਕਾ ਜਾਣਾ ਸੀ ਉੱਥੇ ਮੇਰਾ ਦੋਸਤ ਰਹਿੰਦਾ ਸੀ। ਸੋ ਕੁਵੈਤ ਜਾਣ ਨਾਲ ਜਿਹੜੇ ਆਲੇ ਦੁਆਲੇ ਦੇ 2 ਹੋਰ ਦੇਸ਼ ਸੀ ਇਰਾਕ ਅਤੇ ਸਾਊਦੀ ਅਰੇਬੀਆ ਵਗੈਰਾ ਉਹਦੇ ਵੀ ਗਿਆ, ਇੰਗਲੈਂਡ ਜਾਣ ਨਾਲ ਫਰਾਂਸ ਵੀ ਗਿਆ, ਸਕੋਟਲੈਂਡ ਵੀ ਗਿਆ, ਅਮੈਰੀਕਾ ਤੋਂ ਜਾਣ ਨਾਲ ਮੈਂ ਕੈਨੇਡਾ ਵੀ ਗਿਆ, ਮੈਕਸੀਕੋ ਵੀ ਗਿਆ ਅਤੇ ਅਮੈਰੀਕਾ ਵੀ ਜਿਹੜਾ ਸੀ ਉਹ ਗਿਆ। ਸੋ ਜਦੋਂ ਵੀ ਕਿਤੇ ਜਾਓ ਆਲੇ ਦੁਆਲੇ ਦੇ ਦੇਸ਼ਾਂ ਦਾ ਵੀ ਧਿਆਨ ਰੱਖੋ, ਉੱਥੇ ਵੀ ਜਾਇਓ। ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਦੁਬਈ ਬੁਲਾਇਆ ਅਤੇ ਮੈਂ ਦੇਖਿਆ ਕਿ ਦੁਬਈ ਦੀ ਨੇੜੇ ਟਰਕੀ ਹੈ, ਟਰਕੀ ਬਾਰੇ ਪੜ੍ਹਿਆ ਸੀ, ਟਰਕੀ ਨੇ ਦੁਨੀਆ ਦੇ ਇਤਿਹਾਸ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਹੈ, ਯੂਰਪ ਨੂੰ ਯੂਰਪ ਬਣਾਉਣ ਦੇ ਵਿੱਚ ਟਰਕੀ ਦਾ ਬੜਾ ਯੋਗਦਾਨ ਹੈ। ਟਰਕੀ ਦੇ ਜਿਹੜੇ ਲੋਕ ਸੀ ਉਹਨਾਂ ਨੇ ਈਸਾਈਆਂ ਨੂੰ ਹਰਾ ਦਿੱਤਾ, ਅਤੇ ਈਸਾਈ ਜਿਹੜੇ ਸੀ ਉਹਨਾਂ ਨੇ ਟਰਕਿਸ਼ ਲੋਕਾਂ ਤੋਂ ਬਦਲਾ ਲੈਣ ਦੀ ਬਜਾਏ ਉਹ ਉਸ ਇਲਾਕੇ ਨੂੰ ਛੱਡ ਹੀ ਗਏ, ਅੱਗੇ ਚਲੇ ਗਏ, ਅਤੇ ਉਹਨਾਂ ਨੇ ਯੂਰਪ ਜਿਹੜਾ ਸੀਗਾ ਉਹ ਵਸਾਇਆ ਅਤੇ ਯੂਰਪ ਨੂੰ ਉਹਨਾਂ ਨੇ ਆਬਾਦ ਕਰ ਦਿੱਤਾ, ਯੂਰਪ ਨੂੰ ਉਹਨਾਂ ਨੇ ਖੁਸ਼ਹਾਲ ਬਣਾ ਲਿਆ। ਲਿਖਣ ਦੇ ਵੇਲੇ ਮੈਂ 3-4-5 ਚੀਜ਼ਾਂ ਸਾਹਮਣੇ ਰੱਖੀਆਂ, ਇੱਕ ਤਾਂ ਇਹ ਸੀ ਕਿ ਅਣਛੋਹੇ ਵਿਸ਼ਿਆਂ ਬਾਰੇ ਲਿਖਾਂਗਾ, ਮਤਲਬ ਮੇਰਾ ਇੱਕ ਲੇਖ ਹੈ ਆਲੂ ਉੱਤੇ, ਸ਼ੀਸ਼ੇ ਉੱਤੇ, ਅੰਗੂਠੇ ਉੱਤੇ, ਮਤਲਬ ਕਿ ਉਹ ਸਬਜੈਕਟਸ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਹੈ ਵੀ ਇਹਦੇ ਬਾਰੇ ਵੀ ਕੁਝ ਲਿਖਿਆ ਜਾ ਸਕਦਾ ਹੈ। ਦੂਜਾ ਇਹ ਸੀ ਕਿ ਪਹਿਲੇ ਵਾਕ ਨਾਲ ਹੀ ਸ਼ੁਰੂ ਹੋ ਜਾਣਾ ਚਾਹੀਦਾ ਹੈ। ਮੈਨੂੰ ਜਦੋਂ ਕੋਈ ਚੰਗਾ ਵਾਕ ਮਿਲ ਜਾਂਦਾ ਤਾਂ
ਤਾਂ ਉਸ ਵਿੱਚੋਂ ਮੈਂ ਵਾਹ ਪੂਰਾ ਲੇਖ ਜਿਹੜਾ ਹੈ ਉਹ ਵਿਕਸਿਤ ਕਰ ਲੈਂਦਾ ਹੈ। ਲਿਖਣ ਵੇਲੇ ਲੈਂਗੁਏਜ ਜਿਹੜੀ ਸੀ ਉਸ ਨੂੰ ਇਸ ਵਕਤ ਮੈਂ ਦੇਖਦਾ ਸੀ, ਮੇਰੀ ਮਾਂ ਜਿਹੜੀ ਸੀ ਉਹ ਮੇਰੀ ਲਿਖਿਆ ਹੋਇਆ ਪੜ੍ਹਦੀ ਸੀ। ਮੇਰੀ ਮਾਂ ਪੁਰਾਣੇ ਜ਼ਮਾਨੇ ਦੀ ਪੰਜਵੀਂ ਪਾਸ ਸੀ, ਉਸ ਜ਼ਮਾਨੇ ਦੀ ਜਦੋਂ ਤੀਜੀ ਪਾਸ ਲੜਕੀ ਦਾ ਵਿਆਹ ਤਹਿਸੀਲਦਾਰ ਨਾਲ ਹੋ ਜਾਂਦਾ ਸੀ। ਅਤੇ ਉਸ ਵੇਲੇ ਇੱਕ ਇੰਸਪੈਕਟਰ ਆਇਆ ਸੀ ਅਤੇ ਉਸਦੀ ਵਾਈਫ ਨੇ ਮੇਰੀ ਮਾਂ ਦੀ ਲਿਖਾਈ ਵੇਖ ਕੇ ਉਸਨੂੰ ਇਨਾਮ ਦਿੱਤਾ ਸੀ। ਮੇਰੀ ਮਾਂ ਦੀ ਲਿਖਾਈ ਬਹੁਤ ਸੋਹਣੀ ਸੀ, ਮੇਰੀ ਮਾਂ ਵੀ ਬੜੀ ਸੋਹਣੀ ਸੀ। ਸੋ ਕਹਿਣ ਤੋਂ ਭਾਵ ਹੈਗਾ ਕਿ ਇਹ ਮੈਂ ਆਪਣੇ ਧਿਆਨ 'ਚ ਰੱਖਦਾ ਹੈਗਾ ਕਿ ਇਹ ਜੋ ਮੈਂ ਲਿਖ ਰਿਹਾ ਮੇਰੀ ਮਾਂ ਨੂੰ ਸਮਝ ਆ ਜਾਏਗਾ, ਕਿਉਂਕਿ ਉਹ ਪੜ੍ਹਦੇ ਸੀ। ਇਸ ਕਰਕੇ ਮੈਂ ਇਸ ਗੱਲ ਦਾ ਵੀ ਧਿਆਨ ਰੱਖਦਾ ਸੀ ਕਿ ਇਹਦੇ ਵਿੱਚ ਕੋਈ ਨੀਵੀਂ ਪੱਧਰ ਦੀ ਜਾਂ ਕੋਈ ਭੈੜੀ ਗੱਲ ਜਿਹੜੀ ਹੈ ਉਹ ਨਾ ਲਿਖੀ ਜਾਵੇ। ਸਮਾਜ ਦੇ ਵਿੱਚ, ਜੀਵਨ ਦੇ ਵਿੱਚ ਨਿਰਾਸ਼ਤਾ ਹੈ, ਉਸ ਨਿਰਾਸ਼ਤਾ ਨੂੰ ਖਤਮ ਕਰਨ ਦੇ ਯਤਨ ਵਜੋਂ ਮੈਂ ਕੋਸ਼ਿਸ਼ ਕੀਤੀ ਕਿ ਆਸ਼ਾਵਾਦੀ ਭਵਿੱਖਵਾਦੀ ਵਿਸ਼ੇ ਜਿਹੜੇ ਹਨ ਜਾਂ ਪ੍ਰਗਟਾਓ ਜਿਹੜਾ ਹੈ ਉਸ ਨੂੰ ਮੈਂ ਆਪਣੀਆਂ ਲਿਖਤਾਂ ਦੇ ਵਿੱਚ ਪੇਸ਼ ਕਰਾਂਗਾ। ਜਦੋਂ ਕੋਈ ਗੱਲ ਮਨੋਵਿਗਿਆਨ ਦੇ ਨਾਲ ਜੋੜੀ ਜਾਵੇ ਨਾ, ਵਿਹਾਰ ਦੇ ਨਾਲ ਜੋੜੀ ਜਾਵੇ, ਤਰਕ ਦੇ ਨਾਲ ਜੋੜੀ ਜਾਵੇ, ਉਸ ਦੇ ਮੰਨੇ ਜਾਣ ਦੀ ਯੋਗਤਾ ਜਿਹੜੀ ਹੈ ਉਹ ਵੱਧ ਜਾਂਦੀ ਹੈ। ਇੱਕ ਮੈਂ ਇਹ ਫੈਸਲਾ ਕੀਤਾ ਸੀ ਕਿ ਆਪਣੀ ਕਿਸੇ ਕਿਤਾਬ ਦੀ ਕੁੰਡ ਚੁਕਾਈ ਜਾਂ ਉਸ ਨੂੰ ਰਿਲੀਜ਼ ਕਰਨ ਦੇ ਕਿਸੇ ਸਮਾਗਮ ਨੂੰ ਨਹੀਂ ਕਰਾਂਗਾ ਅਤੇ ਕਿਸੇ ਤੋਂ ਭੂਮਿਕਾ ਨਹੀਂ ਲਿਖਵਾਵਾਂਗਾ। ਬਹੁਤ ਸਾਰੀਆਂ ਭੂਮਿਕਾਵਾਂ ਜਿਹੜੀਆਂ ਹੈਗੀਆਂ ਉਹ ਆਪਣੀ ਪ੍ਰਸ਼ੰਸਾ ਕਰਾਉਣ ਵਾਸਤੇ ਆਪ ਹੀ ਲਿਖੀਆਂ ਜਾਂਦੀਆਂ ਅਤੇ ਉਸ ਲੇਖਕ ਦੇ ਨਾਂ ਥੱਲੇ ਛਾਪੀਆਂ ਜਾਂਦੀਆਂ। ਇਹ ਮੈਂ ਦ੍ਰਿੜ ਨਿਸ਼ਚੇ ਨਾਲ ਕੀਤਾ ਸੀਗਾ। ਅਤੇ ਇੱਕ ਮੈਂ ਇਹ ਕਿਹਾ ਸੀ, ਸੋਚਿਆ ਸੀ ਕਿ ਜਦੋਂ ਇੱਕ ਵਾਰੀ ਮੈਂ ਲਿਖ ਦਿੱਤਾ ਉਸ ਤੋਂ ਬਾਅਦ ਇਹ ਪਬਲਿਕ ਪ੍ਰੋਪਰਟੀ ਬਣ ਜਾਂਦੀ ਹੈ ਰਾਈਟਿੰਗ ਜਿਹੜੀ ਹੁੰਦੀ ਹੈ। ਉਸ ਤੋਂ ਬਾਅਦ ਹਰ ਕਿਸੇ ਨੂੰ ਪੂਰਨ ਹੱਕ ਹੈ ਉਸ ਨੂੰ ਪਸੰਦ ਕਰੇ, ਉਸ ਨੂੰ ਨਿੰਦੇ, ਉਸ ਦੇ ਵਿੱਚ ਗਲਤੀਆਂ ਕੱਢੇ, ਉਸ ਦੇ ਨਾਲ ਅਸਹਿਮਤ ਹੋਵੇ, ਕੁਛ ਕਰੇ, ਉਹ ਉਸਦੀ ਜਿਹਨੂੰ ਕਿਹਾ ਮਰਜ਼ੀ ਹੈ, ਉਹਦਾ ਮੈਂ ਰਿਐਕਟ ਨਹੀਂ ਕਰਾਂਗਾ, ਮੈਂ ਜਵਾਬ ਨਹੀਂ ਦੇਵਾਂਗਾ ਵਗੈਰਾ ਵਗੈਰਾ। ਮੁਕੱਦਮੇ ਵੀ ਚੱਲੇ ਪਰੰਤੂ ਅਖਬਾਰਾਂ ਦੇ ਵਿੱਚ, ਵਿਰੋਧ ਦੇ ਵਿੱਚ ਅਤੇ ਪੱਖ ਦੇ ਵਿੱਚ ਚਿੱਠੀਆਂ ਵੀ ਛਪੀਆਂ ਪਰੰਤੂ ਮੈਂ ਉਹਦੇ ਵਿੱਚ ਕਦੇ ਵੀ ਕਮੈਂਟ ਨਹੀਂ ਕੀਤਾ। ਜੋ ਲੇਖਕ ਕਹਿ ਰਹੇ ਹਨ ਉਹ ਕਹੀ ਜਾਂਦੇ ਹਨ। ਕੋਈ ਨਿਊਜ਼ੀਲੈਂਡ ਦਾ ਰੇਡੀਓ ਸਟੇਸ਼ਨ ਹੈ, ਉੱਥੇ ਕੋਈ ਮੇਰਾ ਨਾਂ ਲੈ ਕੇ ਆਪਣੀ ਫਿਲੋਸਫੀ ਨੂੰ ਜਿਹੜਾ ਹੈ ਉਹ ਪ੍ਰਚਾਰਦਾ ਕਰਦਾ, ਤਾਂ ਮੇਰੀ ਪ੍ਰਸ਼ੰਸਾ ਹੀ ਹੈ ਪਰੰਤੂ ਹੋਰਾਂ ਨੂੰ ਬੜੀਆਂ ਗਾਲਾਂ ਕੱਢਦਾ ਉਹ, ਅਤੇ ਪਰ ਜੋ ਕਰਦਾ ਕਰੀ ਜਾਵੇ। ਇੱਕ ਇਹ ਸੀ ਕਿ ਕਿਸੇ ਕਿਤਾਬ 'ਚ ਆਪਣੀ ਫੋਟੋ ਨਹੀਂ ਛਪਾਵਾਂਗਾ। ਵੈਸੇ ਤਾਂ ਉਹਦੇ ਪਿੱਛੇ ਇਹ ਸੀ ਕਿ ਬੜੇ ਅਜੀਬ ਅਜੀਬ ਤਜਰਬੇ ਹੋਏ। ਕਈ ਵਾਰੀ ਬੱਸ ਦੇ ਵਿੱਚ ਮੈਂ ਜਾ ਰਿਹਾ ਹੁੰਦਾ, ਮੇਰੇ ਨਾਲ ਦੇ ਬੈਠਾ ਹੋਇਆ ਮੇਰੀ ਕਿਤਾਬ ਪੜ੍ਹ ਰਿਹਾ ਹੁੰਦਾ, ਉਸ ਵੇਲੇ ਮੈਂ ਨਹੀਂ ਕਦੀ ਉਹਨੂੰ ਕਿਹਾ ਕਿ ਮੇਰੀ ਹੈਗੀ ਆ। ਅਤੇ ਕਈ ਵਾਰੀ ਬੜੇ ਦਿਲਚਸਪ ਘਟਨਾਵਾਂ ਵੀ ਹੁੰਦੀਆਂ। ਗੁਲਾਮ ਸਿੰਘ ਹੋਰੀ ਬੈਠੇ ਹੋਏ ਹੈਗੇ ਸਤਨਾਮ ਸਿੰਘ ਜੀ। ਇੱਕ ਕੋਈ ਦੁਕਾਨ ਸੀ, ਉਹਦੇ ਵਿੱਚ ਮੈਂ ਦੇਖਿਆ ਕਿ ਉਹਨੇ ਮੇਰੀ ਕਿਤਾਬ ਦੇ ਵਿੱਚੋਂ ਕੋਟੇਸ਼ਨਸ ਲੈ ਕੇ ਨਾ ਉਹ ਫਰੇਮ ਕਰਵਾ ਕੇ ਉਹ ਆਪਣੀ ਦੁਕਾਨ ਦੇ ਵਿੱਚ 7-8 ਲਾਈਆਂ ਹੋਈਆਂ ਸੀਗੀਆਂ। ਅਤੇ ਉਹਦਾ ਫਾਦਰ ਜਿਹੜਾ ਸੀਗਾ ਉਹ ਮੇਰਾ ਵੱਧ ਅਚਾਰਾਂ ਦੀ ਦੁਕਾਨ ਸੀ, ਅਤੇ ਉਹਦਾ ਫਾਦਰ ਮੇਰਾ ਵਾਕਫ ਸੀ, ਜਾਣਦਾ ਉਹ ਸੀ ਮੈਨੂੰ। ਮੈਂ ਉਸਨੂੰ ਕਿਹਾ ਇਹ ਲਾਈਆਂ ਹੋਈਆਂ, ਇਹ ਮੇਰੀਆਂ ਲਿਖੀਆਂ ਹੋਈਆਂ। ਅਤੇ ਉਹਨੇ ਕਿਤਾਬ ਕੱਢ ਕੇ ਕਾਊਂਟਰ 'ਤੇ ਰੱਖ ਦਿੱਤੀ, ਇਹ ਕਹਿੰਦਾ ਇਸ ਕਿਤਾਬ ਵਿੱਚੋਂ ਹੈਗੀ। ਅਤੇ ਮੈਂ ਉਸਨੂੰ ਕਿਹਾ ਵੀ ਇਹ ਕਿਤਾਬ ਵੀ ਮੇਰੀ ਹੀ ਲਿਖੀ ਹੋਈ ਹੈ। ਅਤੇ ਉਹ ਮੈਨੂੰ ਵੇਖ ਕੇ ਕਹਿੰਦਾ ਬੜੇ ਬੜੇ ਝੂਠੇ ਵੇਖੇ ਪਰ ਤੇਰੇ ਵਰਗਾ ਨਹੀਂ ਵੇਖਿਆ।